ਮੈਨੂੰ ਵੀ ਕਹਿ ਦੇਣਗੇ ਭਾਈ ਤੂੰ Hindu ਸੀ ਤੂੰ ਕਿਵੇਂ ਸਿੱਖ ਬਣ ਗਿਆ ਨਹੀਂ ਮੈਂ ਜਨਮ ਤੋਂ ਹੀ ਸਿੱਖ ਸੀ ਸਿੱਖਣ ਵਾਲੇ ਨੂੰ ਸਿੱਖ ਕਹਿੰਦੇ ਨੇ ਜਿਹੜਾ ਕੋਈ ਸਿੱਖਦਾ ਹੈ ਸਾਰੀ ਦੁਨੀਆ ਹੀ ਸਿੱਖ ਹੈ ਪ੍ਰਗਟ ਗੁਰਾਂ ਕੀ ਦੇਹ ਹੈ ਦੇਹ ਨੂੰ ਸੇਵਾ ਕਰਕੇ ਸਵਾਰੀ ਦਾ ਹੁੰਦਾ ਹੈ ਨਾ ਕਿ ਮਸ਼ੀਨਾ ਰਾਹੀਂ ਲਿਖਣ ਵੇਲੇ ਤਾਂ ਲੱਗਦਾ ਹੁੰਦਾ ਵੀ ਜਿੱਦਾਂ ਗੁਰੂ ਨਾਨਕ ਸਾਹਿਬ ਦੇ ਰੂਮਾਂ ਨੂੰ ਹੱਥ ਲਾਈ ਜਾਂਦੇ ਆ ਉਸ ਸਕੂਨ ਸਾਨੂੰ ਸਿਪਾਈ ਵਾਲੇ ਸਰੂਪਾਂ ਦੇ ਵਿੱਚੋਂ ਨਹੀਂ ਮਿਲ ਸਕਦਾ ਬਾਣੀ ਉਹੀ ਹੈ ਪਰਵਾਰ ਸੀ ਸਾਡਾ ਅਤੇ 2014 ਦੇ ਵਿੱਚ ਅੰਮਤ ਪਾਨ ਕੀਤਾ ਤੇ ਉਸ ਤੋਂ ਪਹਿਲਾਂ ਮੈਂ 2009 ਦੇ ਵਿੱਚ ਕੇਸ ਰੱਖੇ ਸਨ ਕੁਝ ਰਿਸ਼ਤੇਦਾਰ ਨਾਰਾਜ਼ ਹੋ ਗਏ ਸੀਗੇ ਉਹ ਉਹਨਾਂ ਤੋਂ ਕਿਸੇ ਨੇ ਕੀ ਲੈਣਾ ਵੀ ਆਪਾਂ ਨੂੰ ਤਾਂ ਜਦੋਂ ਕਹਿੰਦੇ ਨੇ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਚੱਕ ਪਾਬਸ ਆਇਆ ਇਹ ਗੁਰਨਾਨਕ ਦਾ ਘਰ ਹੈ ਜਿਹੜਾ ਗੁਰਨਾਨਕ ਉਹ ਹੈ ਜਿਹੜਾ ਹਰੇਕ ਨੂੰ ਬੁੱਕਲ ਦੇ ਵਿੱਚ ਲੈਂਦਾ ਹੈ ਭਾਈ ਇੱਥੇ ਹਰੇਕ ਧਰਮ ਦੇ ਬੰਦੇ ਦਾ ਸਤਿਕਾਰ ਹੈ ਇੱਥੇ ਹਰੇਕ ਧਰਮ ਦੇ ਬੰਦੇ ਨੂੰ ਨੀਵੇਂ ਨੂੰ ਉੱਚੇ ਨੂੰ ਮੋਟੇ ਨੂੰ ਪਤਲੇ ਨੂੰ ਕਾਰੇ ਨੂੰ ਗੋਰੇ ਨੂੰ ਹਰੇਕ ਨੂੰ ਇੱਥੇ ਨੂੰ ਸ਼ਰਨ ਮਿਲਣੀ ਹੈ ਸਾਡੇ ਬਜ਼ੁਰਗ ਕਹਿੰਦੇ ਨੇ ਨਾ ਬੰਦਾ ਬਣ ਜਾ ਪਿੰਡਾਂ ਦੇ ਵਿੱਚ ਕਹਿੰਦੇ ਵੀ ਤੂੰ ਬੰਦਾ ਬਣ ਜਾ ਸਾਡੇ ਤੋਂ ਹਜੇ ਤੱਕ ਬੰਦਾ ਨਹੀਂ ਬਣਿਆ ਗਿਆ ਸੀ ਬੰਦਾ ਬੰਨਾ ਬਹੁਤ ਔਖਾ ਬੰਦੇ ਨੂੰ ਮਾਰਨੇ ਇਸ ਤਰੀਕੇ ਦਾ ਬਣਾਇਆ ਜਿੱਦਨ ਉਹ ਬੰਦਾ ਬੰਦਾ ਬਣ ਗਿਆ ਉਸ ਦਿਨ ਉਸ ਨੂੰ ਹਰ ਇੱਕ ਦਾ ਦੁੱਖ ਆਪਣਾ ਲੱਗੂਗਾ ਸਾਡੀਆਂ ਅਰਦਾਸਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਗੁਰੂ ਘਰ ਜਾ ਕੇ ਸਾਰੀ ਅਰਦਾਸਾਂ ਕਰਦੇ ਆਂ ਕਾਰਨ ਕੀ ਹੈ ਅਸੀਂ ਅਰਦਾਸ ਕਰਕੇ ਆਪ ਦਾ ਜੋਰ ਲਾਉਣ ਲੱਗ ਜਾਂਦੇ ਆਂ ਕਹਿੰਦੇ ਹੁੰਦੇ ਆ ਵੀ ਜੇ ਅਸੀਂ ਆਪ ਕੁਝ ਕਰਾਂਗੇ ਤਾਂ ਹੀ ਸਾਡੀ ਰੱਬ ਮਦਦ ਕਰੂਗਾ ਨਹੀਂ ਰੱਬ ਉਹਨਾਂ ਦੀ ਮਦਦ ਕਰਦਾ ਜਿਹੜਾ ਸਾਰਾ ਕੋਯੂਦ ਦੀ ਛੱਡ ਦਿੰਦੇ ਨੇ ਆਮ ਕਿਤਾਬ ਲਿਖ ਕੇ ਲੋਕ ਪ੍ਰੋਫੈਸਰ ਕਹਿ ਜਾਂ ਕਹਿ ਲੱਗ ਜਾਂਦੇ ਨੇ ਤੇ ਜਿਹੜਾ ਬਾਣੀ ਲਿਖਦਾ ਮੈਂ ਆਪਣੇ ਆਪ ਦੀ ਵਡਿਆਈ ਨਹੀਂ ਕਰ ਰਿਹਾ ਜੇ ਗੁਰਬਾਣੀ ਲਿਖਣੀ ਹੈ ਗੁਰਬਾਣੀ ਦੇ ਬਰਾਬਰ ਦਾ ਭਾਵ ਉਹਦੇ ਵਰਗੀ ਸੋਚ ਗੁਰਬਾਣੀ ਵਰਗਾ ਹੋਣਾ ਪੈਣਾ ਹੈ ਉਹ ਜੀ ਨਿਮਰਤਾ ਉਹ ਜੀਆ ਦਿਆਲੂ ਉਹ ਜੀਆ ਕਿਰਪਾਲੂ ਜਿਹੜੇ ਅੰਮ੍ਰਿਤ ਛੱਕ ਕੇ ਜਾਤ ਪਾਤ ਕਰਦੇ ਨੇ ਉਹਨਾਂ ਵਰਗਾ ਤਾਂ ਨਾ ਕਿਰਤ ਕਰਨ ਕਿਸੇ ਨੂੰ ਨਹੀਂ ਕਹਿੰਦਾ ਉਹ ਬਹੁਤ ਜ਼ਿਆਦਾ ਕਿਰਤ ਕਰਨੀ ਲੋਕ ਨਹੀਂ ਜਿਸ ਦਿਨ ਅਸੀਂ ਅੰਮ੍ਰਿਤ ਛੱਕ ਲੈਂਦੇ ਹਾਂ ਸਾਡੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਇੱਕ ਬਣ ਜਾਣਾ ਚਾਹੀਦਾ ਸੋ ਅੰਮ੍ਰਿਤਾਰੀ ਅਸਲੀ ਅੰਮ੍ਰਿਤਾਰੀ ਉਹ ਹੁੰਨੇ ਸਤ੍ਰੀਕਾਲ ਆਰਐਮਈ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਤੇ ਮਹਰਪਿੰਦਰ ਕੌਰ ਸੋ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਅੱਜ ਮੇਰੇ ਨਾਲ ਇੱਕ ਅਜਿਹਾ ਗੁਰਸਿੱਖ ਮੌਜੂਦ ਹੈ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਕੰਮ ਕੀਤੇ ਨੇ ਕੰਮ ਵੀ ਨਹੀਂ ਕਹਿ ਸਕਦੇ ਸੇਵਾ ਹੀ ਕਹਿ ਸਕਦੇ ਹਾਂ ਗੁਰਬਾਣੀ ਦੇ ਅੰਗ ਜਿਹੜੇ ਲਿਖਦੇ ਨੇ ਤੇ ਨਾਲ ਹੀ ਉਹ ਮਦਦਗਾਰ ਲੋਕ ਜਿਨ੍ਹਾਂ ਦੀ ਸੇਵਾ ਉਹ ਕਰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਸਾਡੇ ਨਾਲ ਮੌਜੂਦ ਨੇ ਮਨਕੀਰਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਜਾਣਦੇ ਆਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਖਾਲਸਾ ਜੀ ਕੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਗੁਰੂ ਸਾਹਿਬ ਦੀ ਕਿਰਪਾ ਨਾਲ ਦੇਖੋ ਜਦੋਂ ਤਾਂ ਅਸੀਂ ਆਪਣਾ ਜੀਵਨ ਸਮਰਪਿਤ ਕਰਕੇ ਚੱਲਾਂਗੇ ਨਾ ਕਿਸੇ ਲਈ ਤਾਂ ਬਿਲਕੁਲ ਆਨੰਦਮਈ ਹੋਣੀ ਹੈ ਕਿਉਂਕਿ ਇੱਕ ਇੱਕ ਅਜੀਬ ਤਰ੍ਹਾਂ ਦੀ ਠੰਡਕ ਇੱਕ ਅਜੀਬ ਤਰ੍ਹਾਂ ਦਾ ਸ਼ਾਂਤੀ ਹੁੰਦੀ ਹੈ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਤੁਸੀਂ ਕਰਕੇ ਆਪਾਂ ਜਦੋਂ ਕਿਸੇ ਦੀ ਮਦਦ ਕਰਾਂਗੇ ਨਾ ਸਾਡੇ ਅੰਦਰ ਇੱਕ ਅਜੀਬ ਆ ਆਨੰਦਮਈ ਖੇੜਾ ਜਾਂ ਬਣ ਜਾਂਦਾ ਜੇ ਅਸੀਂ ਹਮੇਸ਼ਾ ਈ ਉਹ ਕਰਦੇ ਰਵਾਂਗੇ ਤਾਂ ਹਮੇਸ਼ਾ ਈ ਬਣਿਆ ਰਹੂਗਾ ਦੁੱਖਾਂ ਤੇ ਤਕਲੀਫਾਂ ਦੇ ਵਿੱਚੋਂ ਚਲੋ ਜੀਵਨ ਦਾ ਦੋ ਪਹਿਲੂ ਨੇ ਦੁੱਖ ਤੇ ਤਕਲੀਫ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਉਹਨਾਂ ਵਿੱਚ ਦੀ ਹੁੰਦੇ ਹੋਏ ਵੀ ਬੰਦਾ ਆਨੰਦ ਦੇ ਵਿੱਚ ਰਹਿੰਦਾ ਜਿਹੜਾ ਬੰਦਾ ਸੇਵਾ ਕਰਦਾ ਹੈ ਬਿਲਕੁਲ ਜੀ ਤੁਸੀਂ ਵੀ ਸੇਵਾ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਨਾ ਪਹਿਲਾਂ ਤਾਂ ਮੈਂ ਸ਼ੁਰੂਆਤ ਦੇ ਵਿੱਚ ਈ ਜਾਣਨਾ ਚਾਹੂੰਗੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲਿਖਣ ਦੀ ਸ਼ੁਰੂਆਤ ਕਦੋਂ ਕੀਤੀ ਸੀ ਦੇਖੋ ਜਦੋਂ ਆਪਾਂ 550 ਸਾਲ ਮਨਾਇਆ ਸੀ ਨਾ ਸੋਰੀ ਦੁਨੀਆ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖਰੇ ਤੋਹਫੇ ਜਿਹੜੇ ਬਹੁਤ ਸਾਰੇ ਜਗਤ ਦੇ ਵਿੱਚ ਕਰਦੇ ਨੇ ਪਰ ਮੇਰਾ ਸੀਗਾ ਵੀ ਸਾਡਾ ਇੱਕ ਇਦਾਂ ਦਾ ਤੋਹਫਾ ਤੋਹਫਾ ਹੀ ਕਹਿ ਸਕਦੇ ਹਾਂ ਸਾਡੇ ਸਿੱਖਾਂ ਲਈ ਇੱਕ ਬਹੁਤ ਵੱਡਾ ਗਹਿਣਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਉਹ ਲਿਖਣ ਮੈਂ ਹੱਥ ਨਾਲ ਆਰੰਭ ਕੀਤਾ ਕਿਉਂਕਿ ਸਾਡਾ ਜਦੋਂ ਬਾਬਾ ਭਾਈ ਮਾਨ ਸਿੰਘ ਜੀ ਨੇ ਬਾਣੀ ਲਿਖੀ ਹੈ ਉਦੋਂ ਪੱਥਰ ਛਾਪਾ ਹੁੰਦਾ ਸੀ ਪੱਥਰਾਂ ਨਾਲ ਛਾਪੇ ਜਾਂਦੇ ਸਨ ਤੇ ਪਰ ਗੁਰੂ ਸਾਹਿਬ ਨੇ ਉਦੋਂ ਵੀ ਹੱਥ ਨਾਲ ਹੀ ਲਿਖਵਾਇਆ ਉਹ ਉਸ ਦਾ ਕਾਰਨ ਗੁਰੂ ਸਾਹਿਬ ਜਾਣਦੇ ਨੇ ਵੀ ਕਿਉਂ ਹੱਥ ਨਾਲ ਲਿਖਾਇਆ ਤੇ ਇਹਦੇ ਪਿੱਛੇ ਕੀ ਵਿਧੀ ਹੈ ਕਿਉਂਕਿ ਕਈ ਕਾਰਨ ਹੁੰਦੇ ਨੇ ਵੀ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ ਵੀ ਜਿੱਦਾਂ ਹੁਣ ਕਹਿ ਦਈਏ ਵੀ ਜਦੋਂ ਖਾਲਸਾਪਨ ਦੀ ਸਥਾਪਨਾ ਹੋਈ ਤਾਂ ਸਿੱਖਾਂ ਸਿੱਖਾਂ ਦੇ ਵਿੱਚ ਅੱਜ ਵੀ ਆਪਣੇ ਰੌਲਾ ਪਿਆ ਰਹਿੰਦਾ ਹੈ ਵੀ ਉਹਨਾਂ ਨੇ ਬੱਕਰਿਆਂ ਦੇ ਸੀਸ ਕਤਲ ਕੀਤੇ ਸੀ ਜਾਂ ਵੀ ਪੰਜ ਪਿਆਰਿਆਂ ਦੇ ਸੀਸ ਕਤਲ ਕੀਤੇ ਸੀ ਮੈਨੂੰ ਵੀ ਸਵਾਲ ਕੀਤਾ ਕਿਸੇ ਨੇ ਕਹਿੰਦੇ ਵੀ ਸੈਮੀਨਾਰ ਸੀਗਾ ਸੈਮੀਨਾਰ ਦੇ ਵਿੱਚ ਸਵਾਲ ਕਰਦੇ ਮੈਨੂੰ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਮੈਂ ਤੁਹਾਨੂੰ ਸਵਾਲ ਪੁੱਛਦਾ ਵੀ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਪੰਜ ਪਿਆਰਿਆਂ ਨੂੰ ਅੰਦਰ ਬੁਲਾ ਕੇ ਸੀਸ ਬੱਕਰਿਆਂ ਦੇ ਕਤਲ ਕੀਤੇ ਸੀ ਜਾਂ ਪੰਜ ਪਿਆਰਿਆਂ ਦੇ ਖੂਨ ਤਾਂ ਕਹਿੰਦੇ ਵੀ ਸਾਰੇ ਗਿੰਦ ਸਾਰੀ ਸੰਗਤ ਕਹਿੰਦੇ ਵੀ ਖੂਨ ਬਾਹਰ ਆਇਆ ਸੀ ਜ਼ਰੂਰ ਪਰ ਆ ਕੋਈ ਬਕਰਿਆਂ ਦਾ ਕਹਿੰਦਾ ਤੇ ਕੋਈ ਕਹਿੰਦਾ ਵੀ ਪੰਜ ਪਿਆਰਿਆਂ ਦੇ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਮੈਂ ਕਿਹਾ ਤੁਸੀਂ ਮੈਥੋਂ ਸਵਾਲ ਕੀਤਾ ਮੈਂ ਤੁਹਾਨੂੰ ਸਵਾਲ ਕਰਕੇ ਜਵਾਬ ਦੇਣਾ ਅੱਛਾ ਵੀ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਵੀ ਜਦੋਂ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੇ ਅੰਦਰ ਬੁਲਾਇਆ ਤੇ ਮਹਾਰਾਜ ਸਾਹਿਬ ਨੇ ਤੰਬੂ ਦੇ ਵਿੱਚ ਬਾੜ ਕੇ ਤੇ ਪਰਦਾ ਲਾਇਆ ਸੀ ਕਹਿੰਦੇ ਹਾਂਜੀ ਪਰਦਾ ਕੀਤਾ ਸੀ ਪਰ ਮੈਂ ਕਿਹਾ ਵੀ ਜਿਹੜੀ ਗੱਲ ਤੋਂ ਗੁਰੂ ਨੇ ਪਰਦਾ ਰੱਖ ਲਿਆ ਤੇ ਮੈਂ ਕੋਈ ਨਹੀਂ ਦੱਸਣ ਵਾਲਾ ਹੈਣਾ ਉਥੇ ਗੁਰੂ ਨੇ ਪੜਦਾ ਰੱਖਿਆ ਨਾ ਉਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਦਾ ਗੁਰੂ ਨੇ ਪੜਦਾ ਰੱਖਿਆ ਤੇ ਇਸ ਕਰਕੇ ਵੀ ਇਸ ਗੱਲ ਦਾ ਵੀ ਪੜਦਾ ਰੱਖਿਆ ਗੁਰੂ ਸਾਹਿਬ ਨੇ ਮਹਾਰਾਜ ਸਾਹਿਬ ਨੇ ਹੱਥ ਨਾਲ ਕਿਉਂ ਲਿਖਾਈ ਕੁਝ ਕੁ ਥੋੜਾ ਬਹੁਤਾ ਸਮਝ ਵੀ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਜਿੰਨੀ ਸਰਦਾ ਹੱਥ ਨਾਲ ਲਿਖਣ ਦੇ ਵਿੱਚ ਹੈ ਨਾ ਉਨੀ ਫਿਪਾਈ ਦੇ ਵਿੱਚ ਨਹੀਂ ਜਿਹੜੇ ਹੱਥ ਨਾਲ ਲਿਖੇ ਹੋਏ ਸਰੂਪ ਨੇ ਉਹ ਲੜੀਵਾਰ ਹੁੰਦੇ ਨੇ ਜੁੜੇ ਹੋਏ ਅੱਖਰ ਹੁੰਦੇ ਨੇ ਤੁਸੀਂ ਆਪਜੀ ਸੰਗਤ ਨੇ ਦਰਸ਼ਨ ਕੀਤੇ ਜਦੋਂ ਅਸੀਂ ਉਹ ਤੋਂ ਪੜਨ ਬੈਠਾਂਗੇ ਨਾ ਤਾਂ ਅਸੀਂ ਉਹ ਤੋਂ ਨਿਗਾ ਨਹੀਂ ਪੜ ਸਕਦੇ ਬਿਲਕੁਲ ਇਕਾਗਰ ਵਰਤੀ ਨਾਲ ਬਿਲਕੁਲ ਟਿਕਾ ਕੇ ਆਪਾਂ ਬੈਠੇ ਰਵਾਂਗੇ ਜੇ ਮਾੜੀ ਜਿਹੀ ਨਿਗਾ ਪੱਟੀ ਤੇ ਉਹ ਬਾਣੀ ਉਥੋਂ ਖੋਜੂਗਾ ਖਰਾਬ ਤੇ ਇੱਕ ਦੂਸਰੀ ਗੱਲ ਇਸ ਹੱਥ ਲਿਖਤ ਸਰੂਪ ਤੋਂ ਬਾਣੀ ਬੰਦਾ ਉਹੀ ਪੜ ਸਕਦਾ ਜਿਹਨੂੰ ਬਾਣੀ ਬਹੁਤ ਹੀ ਕੰਠ ਹੈ ਬਹੁਤ ਹੀ ਯਾਦ ਹੈ ਉਸ ਨੂੰ ਇਸ ਬਾਣੀ ਵੜਿਆ ਜਾ ਸਕਦਾ ਹੈ ਦੂਸਰਾ ਪ੍ਰਗਟ ਗੁਰਾਂ ਕੀ ਦੇਹ ਹੈ ਦੇਹ ਨੂੰ ਸੇਵਾ ਕਰਕੇ ਸਵਾਰੀ ਦਾ ਹੁੰਦਾ ਹੈ ਨਾ ਕਿ ਮਸ਼ੀਨਾ ਰਾਹੀਂ ਬਿਲਕੁਲ ਜੀ ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਸੇਵਾ ਕਰਕੇ ਹਨਾ ਤੁਸੀਂ ਵੀ ਇੱਕ ਸੇਵਾ ਹੀ ਕਰ ਰਹੇ ਹੋ ਹਨਾ ਇਸ ਚੀਜ਼ ਦੀ ਤੇ ਜਦੋਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਸੀ ਤੇ ਮੁਸ਼ਕਲਾਂ ਵੀ ਆਈਆਂ ਹੋਣੀਆਂ ਹੈ ਜੀ ਮਿਲਕ ਮੁਸ਼ਕਲਾਂ ਤਾਂ ਆਉਂਦੀਆਂ ਨੇ ਦੇਖੋ ਗੁਰੂ ਸਾਹਿਬ ਜਦੋਂ ਪਹਿਲਾਂ ਪਰਖ ਕੇ ਦੇਖਦੇ ਨੇ ਮਾਰੇ ਕਹਿੰਦੇ ਨੇ ਦੁਖਦਾਰੂ ਸੁਖ ਰੋਗ ਪਿਆ ਪਹਿਲਾਂ ਦੁੱਖਾਂ ਦਾ ਪਹਾੜ ਖੜਾ ਕਰਦੇ ਨੇ ਫਿਰ ਮਾਰੇ ਸੰਥਲ ਕਰ ਦਿੰਦੇ ਨੇ ਉਹ ਸਮਾਂ ਇਦਾਂ ਦਾ ਹੁੰਦਾ ਵੀ ਮਹਾਰਾਜ ਸਾਹਿਬ ਔਕੜਾ ਇਹ ਆਈਆਂ ਸੀ ਵੀ ਚਲੋ ਸਿੱਖਣ ਦੇ ਵਿੱਚ ਵੀ ਕੋਈ ਸਿਖਾਉਣ ਵਾਲਾ ਨਹੀਂ ਸੀ ਸਾਡੇ ਬਹੁਤ ਸਾਰੇ ਜਿਵੇਂ ਆਯੁਰਵੇਦ ਹੈਗਾ ਨਾ ਸਾਡੇ ਆਯੁਰਵੇਦ ਖਤਮ ਹੋਣ ਦਾ ਕਾਰਨ ਇਹ ਹੈ ਵੀ ਅਸੀਂ ਕਹਿ ਦਿੰਦੇ ਨੇ ਵੀ ਕਿਸੇ ਨੂੰ ਦੱਸਣਾ ਨਹੀਂ ਜੀ ਹੂੰ ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਜਿਵੇਂ ਮੈਂ ਸ਼ਾਈ ਬਣਾਉਣਾ ਜਿਹੜੀ ਹੈ ਨਾ ਜੋ ਆਪ ਤਿਆਰ ਕਰਦੇ ਸੋਨਾ ਪਾਉਣਾ ਸੰਗਤ ਨੂੰ ਪਹਿਲਾਂ ਹੀ ਪਤਾ ਹੈ ਵੀ ਉਹ ਦੱਸਦੇ ਨਹੀਂ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਉਹ ਕਦੋਂ ਵੀ ਦੱਸਣਾ ਨਹੀਂ ਕਿਸੇ ਨੂੰ ਮੈਨੂੰ ਵੀ ਮੈਨੂੰ ਵੀ ਕਹਿ ਦਿੰਦੇ ਨੇ ਵੀ ਤੈਨੂੰ ਪਤਾ ਲੱਗ ਗਈ ਮੈਂ ਕਿਸੇ ਤੋਂ ਪੁੱਛਿਆ ਨਹੀਂ ਕੁਦਰਤੀ ਮੈਨੂੰ ਮਾਰਾ ਸਾਹਿਬ ਨੇ ਕਿਰਪਾ ਕੀਤੀ ਹੈ ਮੈਂ ਕਿਸੇ ਤੋਂ ਵੀ ਨਹੀਂ ਪੁੱਛਿਆ ਕੀ ਚਾਹੀਦਾ ਤੇ ਕਿਰਪਾ ਕਰਵਾ ਦੇ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਮੈਂ ਪਹਿਲਾਂ ਸੰਤਾਂ ਕੋਲ ਰਹਿੰਦਾ ਸੀ ਉੱਥੇ ਆਯੁਰਵੇਦ ਦਾ ਕੰਮ ਕਰਦੇ ਸੀ ਉਹ ਤੇ ਆਯੁਰਵੇਦ ਕਰਕੇ ਮੈਨੂੰ ਜੜੀ ਬੂਟੀਆਂ ਦੀ ਨੌਲੇਜ ਸੀ ਜਿਵੇਂ ਭਾਈ ਕਾਨ ਸਿੰਘ ਜੀ ਦੇ ਨਾ ਭਾਈ ਕਾਨ ਸਿੰਘ ਜੀ ਦੇ ਉਹਦੇ ਗ੍ਰੰਥ ਦੇ ਵਿੱਚ ਉਹ ਸਾਰਾ ਕੁਝ ਲਿਖਿਆ ਵਿਧੀ ਲਿਖੀ ਆ ਜੋ ਪੁਰਾਣੇ ਗ੍ਰੰਥਾਂ ਦੇ ਵਿੱਚ ਉਹ ਮੈਨੂੰ ਸਮਝ ਆ ਗਈ ਤੇ ਮੈਂ ਉਸ ਤਰ੍ਹਾਂ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਨਹੀਂ ਬਣੀ ਫਿਰ ਮੈਂ ਅਰਦਾਸ ਲਿਖਣ ਸਰ ਸਾਹਿਬ ਕਰਕੇ ਆਇਆ ਆਪਣੇ ਤੁਮਦਵਾ ਸਾਹਿਬ ਫਿਰ ਬਣ ਗਈ ਸੀ ਉਹ ਪੁਰਾਣੀਆਂ ਚੀਜ਼ਾਂ ਨੂੰ ਲੁਪਤ ਕਰਨ ਦਾ ਕਾਰਨ ਵੀ ਅਸੀਂ ਇਹੀ ਹੈ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਮੈਨੂੰ ਤਾਂ ਨਿੱਕੀ ਜਿਹੀ ਸ਼ਾਈ ਬਾਰੇ ਪਤਾ ਲੱਗਿਆ। ਨਿੱਕੀ ਜਿਹੀ ਗੱਲ ਹੀ ਹੈ ਕੋਈ ਬਹੁਤ ਹੀ ਵੱਡੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਨੂੰ ਉਸ ਅਕਾਲ ਪੁਰਖ ਬਾਰੇ ਪਤਾ ਲੱਗਿਆ ਸੀ। ਉਸ ਘਰ ਘਰ ਜਾ ਕੇ ਹੁਕਾ ਦੇ ਕੇ ਆਏ ਸੀ ਅਸੀਂ ਕਿ ਉਹਨਾਂ ਤੋਂ ਵੱਡੇ ਆ। ਉਹ ਅਕਾਲ ਪੁਰਖ ਬਾਰੇ ਸਾਰਿਆਂ ਨੂੰ ਦੱਸਦੇ ਫਿਰਦੇ ਸੀ। ਅਸੀਂ ਇਹ ਕੋਈ ਸ਼ਾਈ ਬਾਰੇ ਨਹੀਂ ਕਿਸੇ ਨੂੰ ਦੱਸਦੇ। ਮੈਂ ਕਹਿਣਾ ਹੁੰਦਾ ਵੀ ਭਾਈ ਜੋ ਵੀ ਕੋਈ ਸਿੱਖਣ ਵਾਲੇ ਨੇ ਹੋਰ ਮੇਰੇ ਕੋਲ 5-6 ਸਿੰਘ ਨੇ ਜਿਹੜੇ ਲਿਖਣਾ ਸਿੱਖ ਰਹੇ ਨੇ ਤੇ ਜਿਹੜੇ ਅੱਗੇ ਸਰੂਪ ਲਿਖਣਗੇ ਹੁਣ ਮਤਲਬ ਕੁਝ ਸਮੇਂ ਦੇ ਵਿੱਚ ਜਿਹੜੇ ਸ਼ੁਰੂ ਵੀ ਕਰ ਸਕਦੇ ਆ ਸਰੂਪ ਲਿਖਣਾ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਜਿਹੜਾ ਕੋਈ ਤੁਸੇ ਪੁੱਛਣਾ ਉਹਨੂੰ ਦੱਸ ਦਿਓ ਲਕੂਣਾ ਨਹੀਂ ਕਿਉਂਕਿ ਲੁਕੋ ਕੇ ਰੱਖਾਂਗੇ ਤਾਂ ਆਉਣ ਵਾਲੀ ਪੀੜ੍ਹੀ ਕੀ ਸਿੱਖੂਗੀ ਅਸੀਂ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਕਰ ਰਹੇ ਆ ਨਾ ਸਾਰਾ ਕੁਝ ਜੇ ਅਸੀਂ ਆਪਦੇ ਵਿੱਚ ਹੀ ਲੁਕੋ ਕੇ ਮਰ ਗਏ ਤੇ ਬੱਸ ਗਿਆ ਕੰਮ ਇਸ ਕਰਕੇ ਕੋਸ਼ਿਸ਼ ਕਰ ਰਹੇ ਹਾਂ ਵੀ ਘਰ-ਘਰ ਅੰਦਰ ਧਰਮਸ਼ਾਲਾ ਵਾਲਾ ਕੰਮ ਹੋ ਜਾਵੇ ਵੀ ਹਰ ਘਰ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਆਪ ਹੱਥੀ ਲਿਖੀ ਜਾਇਆ ਕਰੇ ਹਰੇਕ ਗੁਰਸਿੱਖ ਜਿਨੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਨਾ ਜਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਕਰਨਾ ਉਹ ਆਪ ਘਰੇ ਲਿਖ ਲਿਆ ਕਰੇ ਬਾਣੀ ਲਿਖ ਕੇ ਆਪਦੇ ਕੋਲੇ ਪੁਥੀ ਪ੍ਰਕਾਸ਼ ਕਰਿਆ ਕਰੇ ਉਹ ਕਿੰਨੀ ਸ਼ਰਧਾ ਹੋਊਗੀ ਕਿੰਨੀ ਭਾਵਨਾ ਹੋਊਗੀ ਬੰਦਿਆਂ ਦੇ ਵਿੱਚ ਕਿਉਂਕਿ ਜਦੋਂ ਅਸੀਂ ਲਿਖਦੇ ਆ ਨਾ ਲਿਖਣ ਵੇਲੇ ਮੈਂ ਆਪਣੀ ਆਪ ਦੀ ਫੀਲਿੰਗ ਦੱਸਦਾ ਇਦਾਂ ਲੱਗਦਾ ਹੁੰਦਾ ਵੀ ਜਿੱਦਾਂ ਗੁਰੂ ਨਾਨਕ ਸਾਹਿਬ ਦੇ ਰੂਮਾਂ ਨੂੰ ਹੱਥ ਲਾਈ ਜਾਂਦੇ ਆ ਮਾਰ ਸਾਹਿਬ ਕੋਲੇ ਬੈਠੇ ਸਕੂਨ ਮਿਲਦਾ ਉਹ ਉਸਕੂਨ ਸਾਨੂੰ ਸਿਪਾਈ ਵਾਲੇ ਸਰੂਪਾਂ ਦੇ ਵਿੱਚੋਂ ਨਹੀਂ ਮਿਲ ਸਕਦਾ ਬਾਣੀ ਉਹੀ ਹੈ ਸਾਰਾ ਕੁਝ ਹੋਇਆ ਪਰ ਜਿਹੜੀ ਭਾਵਨਾ ਨਾ ਸ਼ਰਧਾ ਹੈ ਉਹ ਦੇ ਵਰਗਾ ਚਾ ਹੱਥ ਲਿਖਤ ਦੇ ਨਾਲ ਹੀ ਆਉਂਦਾ ਹੋਰ ਕਿਤਨੀ ਤੁਹਾਡੇ ਤੇ ਧੀਆ ਤੁਹਾਡੀ ਜੇ ਪਹਿਲਾਂ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਤੁਸੀਂ ਵੈਸੇ ਕੀ ਕਰਦੇ ਸੀ ਪਹਿਲਾਂ ਦੇਖੋ ਪਹਿਲਾਂ ਮੈਂ ਅਧਿਆਪਕ ਸੀਗਾ ਪਹਿਲਾਂ ਤਾਂ ਮੈਂ ਬਚਪਨ ਦੇ ਵਿੱਚ ਚਲੋ Hindu ਪਰਿਵਾਰ ਸੀ ਸਾਡਾ ਅਤੇ ਉਹ Hindu ਦੇਵ ਦੇਵਤਿਆਂ ਨੂੰ ਮੰਨਦੇ ਸੀ ਫਿਰ ਉਥੋਂ ਜਾਗਰਨ ਵਗੈਰਾ ਤੇ ਵੀ ਜਾਂਦੇ ਸੀ ਕਿ ਕਰਨ ਚਲੋ ਕੀ ਸ਼ੌਂਕ ਸੀਗਾ ਫਿਰ ਉਸ ਤੋਂ ਬਾਅਦ ਕੀਰਤਨ ਕਰਨ ਲੱਗੇ ਕੀਰਤਨ ਦੇ ਮਾਰ ਸਾਹਿਬ ਨੇ ਕਿਰਪਾ ਕੀਤੀ ਚਲੋ ਕੀਰਤਨ ਤੋਂ ਬਾਅਦ ਫਿਰ ਕੀਰਤਨ ਸਿੱਖ ਕੇ ਮੈਂ ਐਮਏ ਕੀਤੀ ਬੀਏ ਕੀਤੀ ਹਨਾ ਫਿਰ ਮੈਂ ਉਦੋਂ ਬਾਅਦ ਸਕੂਲ ਦੇ ਵਿੱਚ ਪੜਾਉਣ ਲੱਗ ਪਿਆ ਉਦੋਂ ਬਾਅਦ ਦਾ ਰੁਝਾਨ ਫਿਰ ਗੁਰੂ ਸਾਹਿਬ ਨੇ ਇੱਧਰ ਸੀਗਾ ਮਨ ਸੀਗਾ ਵੀ ਚਲੋ ਆਪਦੇ ਲਈ ਸਾਰੇ ਕਰਦੇ ਨੇ ਆਪਾਂ ਹੋ ਸਕੇ ਵੀ ਇਸ ਜਗ੍ਹਾ ਜਹਾਨ ਦੇ ਉੱਤੇ ਆਏ ਆ ਵੀ ਇਨਸਾਨ ਬਣ ਕੇ ਦੇਖੀਏ ਹਮ ਪੜਨਾ ਤਾਂ ਬਹੁਤ ਔਖਾ ਸਾਡੇ ਬਜ਼ੁਰਗ ਕਹਿ ਦਿੰਦੇ ਨੇ ਨਾ ਬੰਦਾ ਬਣ ਜਾ ਅਕਸਰ ਅਕਸਰ ਪਿੰਡਾਂ ਦੇ ਵਿੱਚ ਕਹਿੰਦੇ ਉਹ ਬੰਦਾ ਬਣ ਜਾ ਸਾਡੇ ਤੋਂ ਹਜੇ ਤੱਕ ਬੰਦਾ ਨਹੀਂ ਬਣਿਆ ਗਿਆ ਜੀ ਬੰਦਾ ਬੰਨਾ ਬਹੁਤ ਔਖਾ ਕਿਉਂਕਿ ਬੰਦੇ ਦੇ ਵਿੱਚ ਹ ਇੰਨੀ ਨਿਮਰਤਾ ਹੋਊਗੀ ਇੰਨੀ ਨਿਮਰਤਾ ਹੋਊਗੀ ਵੀ ਉਹ ਕਿਸੇ ਦੇ ਕੰਡਾ ਵੱਜਾ ਦੇਖ ਕੇ ਵੀ ਰੋ ਪੈਣਾ ਕਿਉਂਕਿ ਫੀਲਿੰਗ ਬੰਦੇ ਦੇ ਅੰਦਰ ਪੈਦਾ ਕੀਤੀ ਹੈ ਨਾ ਮਹਾਰਜ ਨੇ ਪਸ਼ੂਆਂ ਦੇ ਵਿੱਚ ਕੋਈ ਫੀਲਿੰਗ ਨਹੀਂ ਹੁੰਦੀ ਬੰਦੇ ਦੇ ਅੰਦਰ ਫੀਲਿੰਗ ਹੁੰਦੀ ਹੈ ਉਹ ਬੰਦੇ ਨੂੰ ਮਹਾਰਜ ਨੇ ਇਸ ਤਰੀਕੇ ਦਾ ਬਣਾਇਆ ਜਿੱਦਨ ਉਹ ਬੰਦਾ ਬੰਦਾ ਬਣ ਗਿਆ ਉਸ ਦਿਨ ਉਸ ਨੂੰ ਹਰ ਇੱਕ ਦਾ ਦੁੱਖ ਆਪਣਾ ਲੱਗੂਗਾ ਤੇ ਕੋਸ਼ਿਸ਼ ਕੀਤੀ ਹੈ ਵੀ ਅਸੀਂ ਵੀ ਬੰਦੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਰਕੇ ਇਹ ਸਾਰੀਆਂ ਸੇਵਾਵਾਂ ਜੋ ਵੀ ਆਪਜੀ ਸੰਗਤ ਨੇ ਦੇਖੀਆਂ ਆਈਆਂ ਇਹ ਸਾਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆਪ ਨਾ ਮੈਂ ਕਰਨ ਵਾਲਾ ਨਾ ਤੁਸੀਂ ਕਰਨ ਵਾਲੇ ਕਰਤਾ ਪ੍ਰਖੂ ਆਪ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਵੀ ਤੁਸੀਂ Hindu ਫੈਮਿਲੀ ਦੇ ਨਾਲ ਸੰਬੰਧ ਰੱਖਦੇ ਸੀ ਪਹਿਲਾਂ ਹੈ ਨਾ ਤੇ ਤੁਸੀਂ ਅੰਮ੍ਰਿਤ ਪਾਨ ਕਦੋਂ ਕੀਤਾ ਹੈ ਤਕਰੀਬ 2014 ਦੇ ਵਿੱਚ ਅੰਮ੍ਰਿਤ ਉਹ ਪਾਨ ਕੀਤਾ ਤੇ ਉਸ ਤੋਂ ਪਹਿਲਾਂ ਮੈਂ 2009 ਦੇ ਵਿੱਚ ਕੇਸ ਰੱਖੇ ਸਨ ਉਹ ਵੀ ਨਹੀਂ ਨਹੀਂ ਕਿਹਾ ਵੀ ਤੁਸੀਂ ਇੰਦਰਲੀ ਸਾਈਡ ਕਿਉਂ ਜਾ ਰਹੇ ਨਹੀਂ ਨਹੀਂ ਦੇਖੋ ਇਹ ਤਾਂ ਕਿਦਾਂ ਦਾ ਇਦਾਂ ਦਾ ਕੁਝ ਨਹੀਂ ਹੋਇਆ ਕੁਝ ਰਿਸ਼ਤੇਦਾਰ ਨਾਰਾਜ਼ ਹੋ ਗਏ ਸੀਗੇ ਉਹ ਉਹਨਾਂ ਤੋਂ ਕਿਸੇ ਨੇ ਕੀ ਲੈਣਾ ਵੀ ਆਪਾਂ ਨੂੰ ਤਾਂ ਜਦੋਂ ਕਹਿੰਦੇ ਨੇ ਫਿਰ ਮੇਰਾ ਰੁੱਸੇ ਨਕਲ ਗਿਆ ਵਾਲਾ ਚੱਕ ਭਾਵੇਂ ਸਾਰਾ ਜਣ ਕਹਿੰਦੇ ਨੇ ਉਹ ਵੀ ਗੁਰੂ ਜੀ ਗੁਰੂ ਨੂੰ ਨਾਰਾਜ਼ ਕਰਤਾ ਤੇ ਫਿਰ ਭਾਵੇਂ ਸਾਰਾ ਜਗ ਮੰਨਿਆ ਪਿਆ ਉਹ ਵੀ ਕਿਸੇ ਕੰਮ ਦਾ ਨਹੀਂ ਜੇ ਗੁਰੂ ਕਿਉਂਕਿ ਕਾਰਜ ਗੁਰੂ ਨੇ ਸਾਧਣੇ ਬਿਲਕੁਲ ਦੁੱਖ ਸੁੱਖ ਦਾ ਸਹਾਈ ਗੁਰੂ ਹੈ ਅਸੀਂ ਲੋਕਾਂ ਪਿੱਛੇ ਭਜੇ ਫਿਰਦੇ ਹਾਂ ਰਿਸ਼ਤੇਦਾਰ ਨੰਨਰਾਜ ਹੋ ਜੇ ਫਲਾਨਾ ਨਾ ਹੋ ਜੇ ਮੇਰੇ ਮਾਪੇ ਨੇ ਮੇਰੇ ਪਿਤਾ ਜੀ ਨੇ ਮੇਰੀ ਮਾਤਾ ਜੀ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਕਿੰਤੂ ਬਰੰਤੂ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਵੀ ਸਰਦਾ ਗੁਰੂ ਘਰ ਜਾਂਦੇ ਨੇ ਹਮ ਸਾਰੇ ਪਹਿਲਾਂ ਵੀ ਗੱਲ ਕੀਤੀ ਵੀ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਹਿੰਦੂ ਨੇ ਉਹ ਮੰਦਰ ਨਾਲੋਂ ਜ਼ਿਆਦਾ ਗੁਰਦੁਆਰੇ ਜਾਂਦੇ ਨੇ ਇਸ ਕਰਕੇ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸ਼ਰਧਾ ਮੈਂ ਕਹਿੰਦਾ ਮੇਰੀ ਮਾਤਾ ਦੇ ਅੰਦਰ ਮੇਰੇ ਨਾਲੋਂ ਵੀ ਵੱਧ ਸ਼ਰਧਾ ਹੈ ਉਹ ਸਵੇਰੇ ਸ਼ਾਮ ਜਿਹੜੇ ਆਪਣੇ ਗੁਰਦਵਾਨਕਪੁਰੇ ਦੇ ਵਿੱਚ ਜਿਹੜੇ ਪ੍ਰਾਣੀ ਨੇ ਉਹਨਾਂ ਵਾਸਤੇ ਪ੍ਰਸ਼ਾਦਾ ਆਪ ਹੀ ਬਣਾਉਂਦੇ ਆ ਸਾਰੇ ਸਵੇਰੇ ਸ਼ਾਮ ਪ੍ਰਸ਼ਾਦਾ ਬੱਚਿਆਂ ਦਾ ਤਿਆਰ ਕਰਨਾ ਨਮਾਉਣਾ ਕਰਨਾ ਸਾਰਾ ਕੁਝ ਅਸੀਂ ਸਾਰਾ ਟੱਬਰ ਆਪ ਰਲ ਮਿਲ ਕੇ ਕਰਦੇ ਆ ਮੇਰੇ ਮੈਂ ਕਹਿੰਦਾ ਵੀ ਜੇ ਮੈਂ ਕੁਝ ਇੱਥੇ ਅੱਜ ਮਕਾਮ ਤੇ ਪਹੁੰਚਾਂ ਜਾਂ ਸੇਵਾ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਉਹ ਮੇਰੀ ਮਾਤਾ ਦੀ ਸੇਵਾ ਦਾ ਫਾਲੀ ਹੈ ਮੇਰੇ ਮਾਪੇ ਦੀ ਸੇਵਾ ਦਾ ਫਾਲੀ ਹੈ ਨਹੀਂ ਆਪਣੇ ਮੇਰੇ ਕੋਈ ਡੈਕੋਰ ਕੰਮ ਕਰਮ ਨਹੀਂ ਹੈਗੇ ਵਿੱਚ ਸੋਚੇ ਵੀ ਵੀ ਐਡਾ ਵੱਡਾ ਮੈਨੂੰ ਮਹਾਰਾਜ ਸਾਹਿਬ ਕਿਰਪਾ ਕਰ ਦੇਣਾ ਡਾਉਦਾ ਦੇ ਦੇਣ ਲਖਾਰੀ ਦਾ ਕਿਉਂਕਿ ਬਾਣੀ ਲਿਖਣਾ ਬਹੁਤ ਵੱਡੀ ਗੱਲ ਹੈ ਹਾਂ ਚਲੋ ਆਪ ਕਹਿ ਦਈਏ ਵੀ ਆਮ ਕਿਤਾਬ ਲਿਖ ਕੇ ਲੋਕ ਪ੍ਰੋਫੈਸਰ ਕਹਿ ਜਾਂਦੇ ਨੇ ਤੇ ਜਿਹੜਾ ਬਾਣੀ ਲਿਖਦਾ ਮੈਂ ਆਪਣੇ ਆਪ ਦੀ ਵਡਿਆਈ ਨਹੀਂ ਕਰ ਰਿਹਾ ਗੱਲ ਇਹ ਕਰ ਰਿਹਾ ਵੀ ਜਿਹੜਾ ਬਾਣੀ ਲਿਖਣ ਵਾਲਾ ਨਾ ਕਿਉਂਕਿ ਜੇ ਕਿਸੇ ਨਾਲ ਪ੍ਰੇਮ ਪਾਉਣਾ ਹੋਵੇ ਉਹਦੇ ਬਰਾਬਰ ਦਾ ਹਾਨ ਦਾ ਹੋਣਾ ਜ਼ਰੂਰੀ ਹੁੰਦਾ ਕਿਉਂਕਿ ਜੇ ਅੱਜ ਅੱਜਕੱਲ ਵੀ ਆਪਾਂ ਬੱਚੇ ਦਾ ਤੇ ਬੱਚੀ ਦਾ ਰਿਸ਼ਤਾ ਕਰਾਂਗੇ ਨਾ ਤਾਂ ਬਰਾਬਰ ਸਮ ਸਮਮਰ ਹੋਣਗੇ ਫੇਰ ਹੀ ਰਿਸ਼ਤਾ ਨਿਭਦਾ ਹੈ ਫੇਰ ਹੀ ਰਿਸ਼ਤਾ ਕੀਤਾ ਜਾ ਸਕਦਾ ਹੈ ਤੇ ਜੇ ਗੁਰਬਾਣੀ ਲਿਖਣੀ ਹੈ ਗੁਰਬਾਣੀ ਦੇ ਬਰਾਬਰ ਦਾ ਭਾਵ ਉਹਦੇ ਵਰਗੀ ਸੋਚ ਗੁਰਬਾਣੀ ਵਰਗਾ ਹੋਣਾ ਪੈਣਾ ਹੈ ਮਾਰਦ ਕਹਿੰਦੇ ਨੇ ਨਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਹੋ ਜਿਹਾਰੀ ਆਪ ਉਹਦੇ ਵਰਗਾ ਹੋਣਾ ਪੈਣਾ ਉਹੋ ਜੀ ਨਿਮਰਤਾ ਉਹੋ ਜਾਂ ਦਿਆਲੂ ਉਹੋ ਜਾਂ ਕਿਰਪਾਲੂ ਮਨ ਦੇ ਵਿੱਚ ਉਹ ਹੈ ਕਿਰਪਾ ਸਾਰੀ ਉਹਦੀ ਗੁਰਪ੍ਰਸਾਦੀ ਹੋਣਾ ਸਾਰਾ ਪਰ ਉਸ ਦੀ ਦਿਆ ਅਨੁਸਾਰ ਹੀ ਸਾਰੇ ਕਾਰਜ ਹੋਣੇ ਨੇ ਉਸ ਦੀ ਕਿਰਪਾ ਨਾਲ ਹੀ ਹੋਣੇ ਨੇ ਬਿਲਕੁਲ ਸੋ ਤੁਸੀਂ ਗੁਰੂ ਨਾਨਕਪੁਰੇ ਦੀ ਗੱਲ ਕੀਤੀ ਨੇ ਆਪਣੇ ਆਸ਼ਰਮ ਦੀ ਗੱਲ ਕੀਤੀ ਹੈ ਜੇ ਆਪਾਂ ਆਸ਼ਰਮ ਦੀ ਗੱਲ ਕਰੀ ਤਾਂ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ ਦੇਖੋ ਜੀ ਅਸੀਂ 1.5 ਸਾਲ ਪਹਿਲਾਂ ਅਸੀਂ ਇਹ ਰੰਮ ਕੀਤਾ ਸੀਗਾ ਇਹਦੇ ਵਿੱਚ ਸਾਡਾ ਪਹਿਲਾਂ ਜਿਹੜਾ ਸੀ ਨਾ ਉਹ ਮਨ ਦੇ ਵਿੱਚ ਸੀਗਾ ਵੀ ਆਪਾਂ ਕਿਸੇ ਦੀ ਮਦਦ ਕਰੀਏ ਫਿਰ ਇੱਥੇ ਮੈਂ ਸੋਚਿਆ ਵੀ ਚਲੋ ਜਿਹੜਾ ਆਪ ਦਾ ਜਿਹੜਾ ਘਰ-ਬਾਰ ਬਣਾਉਣਾ ਸੀ ਜੰਜੂਲ ਚੁਕ ਨੂੰ ਵੀ ਉਹਨੂੰ ਆਪਦੇ ਵਾਸਤੇ ਦਾ ਸਾਰੀ ਬਣਾ ਲੈਂਦੇ ਨੇ ਮੈਂ ਕਿਹਾ ਵੀ ਆਪਾਂ ਇਦਾਂ ਦਾ ਬਣਾਈਏ ਜਿਸੇ ਅਸੀਂ ਸਾਰੇ ਬੈਠ ਰਹੀਏ ਸਾਰੇ ਦੇ ਸਾਰੇ ਜਿਹੜੇ ਦੁਖੀ ਦਰਦ ਬੰਦ ਹੋਣਾ ਉਹ ਇੱਥੇ ਆ ਕੇ ਸ਼ਰਨ ਮਿਲੇ ਉਹਨਾਂ ਨੂੰ ਵੀ ਹੁਣ ਰਾਤ ਬਰਾਤੇ ਵੀ ਜੇ ਕੋਈ ਸੱਜਣ ਮਿੱਤਰ ਵੀ ਹੁੰਦਾ ਨਾ ਵੀ ਭਾਵੇਂ ਹਿੰਦੂ ਆ ਮੁਸਲਮਾਨ ਸਿੱਖ ਸਾਈ ਸਾਡੇ ਕੋਲੇ ਆ ਕੇ ਇੱਥੇ ਕਹਿੰਦਾ ਵੀ ਮੈਂ ਰਾਤ ਰੁਕਣਾ ਸੀ ਅਸੀਂ ਉਹਨੂੰ ਐ ਨਹੀਂ ਕਹਿੰਦੇ ਵੀ ਭਾਈ ਨਹੀਂ ਰੁਕਣਾ ਅਸੀਂ ਨੂੰ ਕਹਿੰਦੇ ਨੇ ਵੀ ਭਾਈ ਥੋੜਾ ਘਰ ਜਿੰਮ ਮਰਜ਼ੀ ਰੋ ਬਿਲਕੁਲ ਤੁਸੀਂ ਨਾਂ ਵੀ ਬੜਾ ਪਿਆਰਾ ਰੱਖਿਆ ਬੰਨਾਨਿਕਪੁਰਾ ਮੈਂ ਜਾਉਂਗੀ ਉਸ ਚੀਜ਼ ਬਾਰੇ ਵੀ ਜ਼ਿਕਰ ਕਰੋ ਦੇਖੋ ਜਗਤ ਦੇ ਵਿੱਚ ਨਾ ਜੇ ਆਪਾਂ ਗੱਲ ਕਰ ਰਹੀਏ ਸ਼੍ਰੀ ਰਾਮਚੰਦਰ ਦੀ ਸਨਾਤਨ ਧਰਮ ਤੇ ਉਹ ਰਹਿਬਰ ਨੇ ਜਾਂ ਸ਼੍ਰੀ ਕ੍ਰਿਸ਼ਨ ਜੀ ਕਹਿ ਦिए ਦੁਆਪਰ ਦੇ ਜਾਂ ਫਿਰ ਮਹਾਤਮਾ ਬੁੱਧ ਜੀ ਕਹਿ ਦिए ਜਾਂ ਮਹਾਵੀਰ ਜੀ ਕਹਿ ਦिए ਹੋਰ ਵੀ ਕਹਿ ਦिए ਚੱਲ ਬਾਕੀ ਨੌ ਗੁਰੂਆਂ ਦੀ ਵੀ ਗੱਲ ਕਰਦੇ ਆਂ ਗੁਰੂ ਰਾਮਦਾਸ ਮਹਾਰਾਜ ਹੋ ਗਏ ਗੁਰੂ ਅਰਜਨ ਦੇਵ ਮਹਾਰਾਜ ਹੋ ਗਏ ਉਹਨਾਂ ਦੇ ਨਾਮ ਤੇ ਵੀ ਰੱਖ ਸਕਦੇ ਸੀ ਪਰ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰੱਖਣ ਦਾ ਕਾਰਨ ਇਹ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਦੇ ਸਾਰੇ ਰੈਵਰ ਨੇ ਉਹਨਾਂ ਨੂੰ ਇੱਕ Hindu 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 ਵੀ ਪੂਜਦਾ ਹੈ ਇੱਕ ਮੁਸਲਮਾਨ ਵੀ ਪੀਰ ਕਹਿ ਕੇ ਪੂਜਦੇ ਨੇ ਨਾ ਤਾਂ ਇਸਲਾਮ ਧਰਮ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਪੀਰ ਕਹਿ ਕੇ ਪੂਜਦੇ ਨੇ ਤੇ ਹਿੰਦੂ ਦੇਵਤਾ ਕਹਿ ਕੇ ਪੂਜਦੇ ਨੇ ਦੇਵ ਕਹਿ ਕੇ ਪੂਜਦੇ ਨੇ ਤੇ ਗੁਰਨਾਨ ਗੁਰ ਜਿਹੜੇ ਸਿੱਖ ਨੇ ਉਹ ਗੁਰੂ ਕਹਿ ਕੇ ਪੂਜਦੇ ਨੇ ਕੁੱਲ ਕਾਇਨਾਤ ਗੁਰੂ ਸਾਹਿਬ ਨੂੰ ਪੂਜਦੀ ਹੈ ਗੁਰੂ ਨਾਨਕ ਸਾਹਿਬ ਨੂੰ ਜਾਹਰ ਪੀਰ ਜਗਤ ਗੁਰ ਬਾਬਾ ਵੀ ਸਾਰੇ ਜਗਤ ਦਾ ਬਾਬਾ ਹੈ ਇਸ ਕਰਕੇ ਗੁਰਨਾਨਕਪੁਰਾ ਰੱਖਣ ਦਾ ਕਾਰਨ ਹੀ ਹੈ ਵੀ ਭਾਈ ਇੱਥੇ ਹਰੇਕ ਧਰਮ ਦੇ ਬੰਦੇ ਦਾ ਸਤਿਕਾਰ ਹੈ ਇੱਥੇ ਹਰੇਕ ਧਰਮ ਦੇ ਬੰਦੇ ਨੂੰ ਨੀਵੇਂ ਨੂੰ ਉੱਚੇ ਨੂੰ ਮੋਟੇ ਨੂੰ ਪਤਲੇ ਨੂੰ ਕਾਰੇ ਨੂੰ ਗੋਰੇ ਨੂੰ ਹਰੇਕ ਨੂੰ ਇੱਥੇ ਨੂੰ ਸ਼ਰਨ ਮਿਲਣੀ ਹੈ ਇਹ ਗੁਰਨਾਨਕ ਦਾ ਘਰ ਹੈ ਜਿਹੜਾ ਗੁਰਨਾਨਕ ਉਹ ਹੈ ਜਿਹੜਾ ਹਰੇਕ ਨੂੰ ਬੁੱਕਲ ਦੇ ਵਿੱਚ ਲੈਂਦਾ ਹੈ ਜੀ ਇਸ ਕਰਕੇ ਗੁਰਨਾਨਕਪੁਰਾ ਨਾਮ ਰੱਖਿਆ ਇਹਦਾ ਤੇ ਗੁਰਨਾਨਕਪੁਰੇ ਨੂੰ ਸਾਂਭਣ ਵਾਲਾ ਗੁਰੂ ਆਪ ਹੀ ਹੈ ਤੇ ਇਹਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਗੁਰਨਾਨਕਪੁਰੇ ਨੂੰ ਸਾਂਭਣ ਵਾਲਾ ਗੁਰੂ ਆਪਾ ਪਰ ਇਹਦੇ ਵਿੱਚ ਥੋੜੀ ਬਹੁਤੀ ਫੰਡਿੰਗ ਵਗੈਰਾ ਤਾਂ ਹੁੰਦੀ ਹੋਣੀ ਆ ਜੀ ਦੇਖੋ ਫੰਡਿੰਗ ਵੀ ਹੁੰਦੀ ਆ ਸਾਰਾ ਕੁਝ ਹੁੰਦਾ ਇੱਕ ਵਾਰ ਦੀ ਮੈਂ ਆਪ ਜੀ ਨੂੰ ਗੱਲ ਦੱਸਾਂ ਤੁਸੀਂ ਬੜੇ ਸਿਆਣੇ ਹੋ ਸੁਝਵਾਨੋ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਪਿੰਗਲਵਾੜਾ ਸ਼ੁਰੂ ਹੋਇਆ ਨਾ ਤੇ ਪਿੱਛੇ ਵਿੱਚ ਦੀ ਉਹਦੇ ਵਿੱਚ ਦਿੱਕਤ ਬੜੀ ਆਉਣ ਲੱਗ ਗਈ ਸੀ ਇੱਕ ਵਾਰੀ ਕੀ ਹੋਇਆ ਭਗਤ ਜੀ ਨਾਲ ਬੋੜ ਦੇ ਧਰੱਖਤ ਥੱਲੇ ਬੈਠੇ ਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੀ ਜਾਂਦੇ ਸੀ ਸੇਵਾ ਦਾ ਪੁੰਜ ਕਹਿੰਦੇ ਨੇ ਭਗਤਪੁਰਨ ਸਿੰਘ ਜੀ ਨੂੰ ਹਨਾ ਉਹਨਾਂ ਦੇ ਭਗਤ ਕਹਿੰਦੇ ਨੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦ ਨੇ ਇੱਕ ਸੇਵਾਦਾਰ ਆ ਕੇ ਕਹਿਣ ਲੱਗਾ ਕਿਨ ਲੱਗੇ ਭਗਤ ਜੀ ਤੁਸੀਂ ਇੱਥੇ ਬੈਠੇ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਂਦੇ ਹੋ ਉੱਥੋਂ ਲੰਗਰ ਦੇ ਵਿੱਚ ਰਾਸ਼ਨ ਦੇ ਪੀਪੇ ਖੜਕੀ ਜਾਂਦੇ ਆ। ਕੁਛ ਫਿਕਰ ਕਰੋ। ਤੇ ਓਠੇ ਦੇ ਉੱਠ ਕੇ ਕਹਿਣ ਲੱਗੇ ਵੀ ਜੇ ਭਾਈ ਜੇ ਮੈਂ ਫਿਕਰ ਕਰ ਲੱਗ ਗਿਆ ਨਾ ਤਾਂ ਉਹਨੇ ਫਿਕਰ ਕਰਨਾ ਛੱਡ ਦੇਣਾ। ਹੂੰ। ਦੋ ਚੀਜ਼ਾਂ ਨੇ। ਜਾਂ ਤਾਂ ਆਪਾਂ ਫਿਕਰ ਕਰ ਸਕਦੇ ਹਾਂ ਜਾਂ ਉਹ। ਬਿਲਕੁਲ। ਦੇਖੋ ਜੇ ਆਪਾਂ ਫਿਕਰ ਕਰਾਂਗੇ ਆਪਾਂ ਕੀ ਲਵਾਂ ਗੋੜੀਆਂ ਦਵਾਈਆਂ ਫਿਕਰ ਕਰਕੇ ਟੈਨਸ਼ਨ ਦੇ ਵਿੱਚ ਹੋ ਜਾਾਂਗੇ। ਠੀਕ। ਤੇ ਜੇ ਉਹ ਫਿਕਰ ਕਰੂਗਾ ਸਾਰਾ ਕੁਝ ਹੋਊਗਾ ਕਿਉਂਕਿ ਦੇਖੋ ਮਾਰਾ ਸਾਹਿਬ ਦੀ ਬਾਣੀ ਆਪ ਜੀ ਨੇ ਪੜ੍ਹੀ ਹੋਣੀ ਹੈ ਮਾਰਾ ਸਾਹਿਬ ਕਹਿੰਦੇ ਨੇ ਕਰਤਾਪੁਰਖ ਕਰਤਾਪੁਰਖ ਦਾ ਮਤਲਬ ਵੀ ਇਹ ਸੰਸਾਰ ਦੀ ਸਾਰੀ ਦੀ ਸਾਰੀ ਖੇਡ ਰਚਾਉਣ ਵਾਲਾ ਉਹ ਆਪ ਕਰਤਾ ਹੈ ਹੈਨਾ ਉਹ ਕਰਤਾ ਅਸੀਂ ਕਿਰਤਾ ਭਾਵ ਉਹ ਜ਼ਿੰਮੇਦਾਰ ਹੈ ਕਿਸਾਨ ਹੈ ਤੇ ਅਸੀਂ ਫਸਲ ਹੈ ਤੇ ਫਸਲ ਕਦੇ ਵੀ ਕਿਸਾਨ ਨਹੀਂ ਬਣ ਸਕਦੀ ਜੀ ਫਸਲ ਫਿਕਰ ਕਰੀ ਜਾਵੀ ਮੈਂ ਆਏ ਕਰਨਾ ਮੈਂ ਕਰਨਾ ਕੁਝ ਨਹੀਂ ਹੋਣਾ ਇਹ ਤਾਂ ਕਿਸਾਨ ਫਿਕਰ ਕਰੂਗਾ ਤਾਂ ਹੀ ਹੋਣਾ ਉਹ ਕਰਤਾ ਫਿਕਰ ਕਰਦੇ ਆ ਸਾਡੇ ਸਾਰਿਆਂ ਦਾ ਸਾਡੀਆਂ ਅਰਦਾਸਾਂ ਇੱਕ ਯੁਕਤ ਦੀ ਗੱਲ ਹੋਰ ਦੱਸਦਾ ਸਾਡੀਆਂ ਅਰਦਾਸਾਂ ਕਿਉਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਗੁਰੂ ਘਰ ਜਾ ਕੇ ਸਾਰੀ ਅਰਦਾਸਾਂ ਕਰਦੇ ਆ ਕਿਉਂ ਨਹੀਂ ਪੂਰੀਆਂ ਹੁੰਦੀਆਂ ਕਾਰਨ ਕੀ ਹੈ ਅਸੀਂ ਅਰਦਾਸ ਕਰਕੇ ਆਪ ਦਾ ਜੋਰ ਲਾਉਣ ਲੱਗ ਜਾਂਦੇ ਆ ਮਿਸ ਅਸੀਂ ਆ ਵੀ ਕਰ ਲਿਆ ਹਾਂ ਹਾਂ ਵੀ ਅਸੀਂ ਅਸੀਂ ਇੱਕ ਕਹਾਵਤ ਹੈ ਨਾ ਪੁਰਾਣੀ ਕਹਿੰਦੇ ਹੁੰਦੇ ਆ ਵੀ ਜੇ ਅਸੀਂ ਆਪ ਕੁਝ ਕਰਾਂਗੇ ਤਾਂ ਹੀ ਸਾਡੀ ਰੱਬ ਮਦਦ ਕਰੂਗਾ ਨਹੀਂ ਰੱਬ ਉਹਨਾਂ ਦੀ ਮਦਦ ਕਰਦਾ ਜਿਹੜਾ ਸਾਰਾ ਗੁਜੂਦ ਛੱਡ ਦਿੰਦੇ ਨੇ ਬਲ ਛੁੱਟਕਿਓ ਬੰਧਨ ਪਰੇ ਕਛੂ ਨਾ ਹੋਤ ਪਾਏ ਆਪ ਜੀ ਨੇ ਸ਼ਲੋਕ ਪੜਿਆ ਨਾ ਮਹਾਰਾਜ ਸਾਹਿਬ ਕਹਿੰਦੇ ਨੇ ਬਲ ਛੁੱਟਕਿਓ ਬੰਧਨ ਪਰੇ ਕਛੂ ਨਾ ਹੋਤ ਪਾਏ ਕਹਿੰਦੇ ਸਾਰਾ ਕੁਝ ਤਾਕਤ ਮੁਕ ਗਈ ਸਾਰੀਆਂ ਸ਼ਕਤੀਆਂ ਮੁਕ ਗਈਆਂ ਕੋਈ ਵੀ ਉਪਾਅ ਨਹੀਂ ਹੁੰਦਾ ਹੁਣ ਕੀ ਕਰੀਏ ਮਾਰ ਨਾਨਕ ਸਭ ਕੁਝ ਤੁਮਰੇ ਹਾਥ ਮੇਂ ਤੁਮ ਹੀ ਹੋਤ ਸਹਾਈ ਫਿਰ ਉਹਦੂ ਗਾਂ ਇੰਨੀ ਗੱਲ ਕਹਿ ਕੇ ਅਰਦਾਸ ਹੈ ਅਰਦਾਸ ਕੀਤੀ ਵੀ ਮਾਰੇ ਸਾਡੇ ਤੋਂ ਕੁਝ ਨਹੀਂ ਹੋਣਾ ਹੁਣ ਇੱਕ ਮਿੰਟ ਦੇ ਵਿੱਚ ਅਰਦਾਸ ਪੂਰੀ ਹੋਈ ਤੇ ਦੂਜਾ ਸ਼ਲੋਕ ਮਾਰੇ ਸਾਹਨੇ ਲਿਖਿਆ ਬਲ ਹੁਆ ਬੰਧਨ ਛੁਟੇ ਸਭ ਕੁਝ ਹੋਤ ਪਾਏ ਕਹਿੰਦੇ ਉਸ ਤੋਂ ਬਾਅਦ ਬਲ ਵੀ ਆ ਗਿਆ ਸਭ ਬੰਧਨ ਵੀ ਛੁੱਟ ਗਈ ਤੇ ਸਾਰਾ ਕੁਝ ਉਪਾਅ ਵੀ ਹੋ ਗਿਆ ਜਦੋਂ ਅਸੀਂ ਸਾਰੇ ਦਾ ਸਾਰਾ ਸਰੈਂਡਰ ਕਰ ਦਿੰਦੇ ਆ ਆਪ ਜੀ ਪ੍ਰੈਕਟੀਕਲ ਤੇ ਜੇ ਆਮ ਵੀ ਦੇਖੋਗੇ ਨਾ ਇੱਕ ਮਾਂ ਹੁੰਦੀ ਆ ਜਦੋਂ ਬੱਚਾ ਛੋਟਾ ਹੁੰਦਾ ਨਾ ਮੈਂ ਦੇਖਿਆ ਇੱਕ ਸਟੇਸ਼ਨ ਦੇ ਉੱਤੇ ਨਾ ਮਾਂ ਨੇ ਇੱਕ ਬੱਚੇ ਨੂੰ ਚੱਕੀ ਫਿਰਦੀ ਸੀ ਗੋਦੀ ਉਹ ਸੁੱਤਾ ਪਿਆ ਉਹਨੇ ਸਾਰੇ ਹੱਥ ਪੈਰਾਂ ਢਿੱਲੇ ਛੱਡੇ ਹੋਏ ਮਾਂ ਨੇ ਕਿਵੇਂ ਨਾ ਕਿਵੇਂ ਇੱਕ ਬੈਗ ਫੜਿਆ ਹੋਇਆ ਨਾਲੇ ਬੱਚੇ ਨੂੰ ਚੱਕਿਆ ਹੋਇਆ ਰਿਸਪੌਂਸਿਬਿਲਟੀ ਸੀ ਉਹਦੀ ਬਿਲਕੁਲ ਕਿਉਂਕਿ ਉਹ ਤਾਂ ਸੁੱਤਾ ਪਿਆ ਬੇਫਿਕਰਾ ਹੋ ਕੇ ਉਹਨੇ ਹੱਥ ਪੈਰ ਵੀ ਛੱਡੇ ਪਏ ਉਹ ਬੇਫਿਕਰਾ ਹੋ ਕੇ ਸੁੱਤਿਆ ਪਰ ਮਾਂ ਨੇ ਉਹਨੂੰ ਸਾਹਮਣਾ ਹੀ ਸਾਹਮਣਾ ਕੁਝ ਹੋ ਜੇ ਤੇ ਜੇ ਉਹ ਆਪਣੇ ਵਾਂਗੂ ਵੱਡਾ ਹੁੰਦਾ ਫਿਰ ਮਾਂ ਨੇ ਕਹਿਣਾ ਸੀ ਇਹ ਵੱਡਾ ਹੋ ਗਿਆ ਆਪਦੀ ਮਤ ਨਾਲ ਆਪੀ ਤੁਰਿਆਊਗਾ ਹਾਂਜੀ ਹੈਨਾ ਇੱਕ ਹੁੰਦਾ ਹੈ ਜਿਹੜਾ ਅਰਦਾਸ ਕਰਕੇ ਅਸੀਂ ਬੱਚੇ ਵਰਗੇ ਹੋ ਜਾਈਏ ਹੱਥ ਪੈਰ ਢਲੇ ਛੱਡ ਦਈਏ ਆਪੀ ਸੰਭੂ ਜਿਹੜਾ ਕੁਝ ਹੋਣਾ ਉਹ ਆਪੀ ਕਰੂਗਾ ਤੇ ਜੇ ਅਸੀਂ ਅਰਦਾਸ ਕਰਕੇ ਆਪਦਾ ਜੋਰ ਲਾਈਏ ਮਾੜਾ ਜ ਆਪਾਂ ਵੀ ਲਾ ਲਈਏ ਭਾਈ ਐਂ ਕਰ ਲਿਆ ਐਂ ਕਰ ਲਿਆ ਐਂ ਫਿਰ ਹੋਊਗਾ ਫਿਰ ਮਾਰੇ ਕੇੰਦਰ ਤੂੰ ਆਪ ਦਾ ਜੋਰ ਲਾ ਲਾ ਇੱਕ ਨਾ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਅ ਵੀ ਹਰ ਕੋ ਨਾਮ ਸਦਾ ਸੁਖਦਾਈ ਤਾਂ ਕੋ ਸਿਮਰ ਹਜਾ ਮਿਲ ਉਦ੍ਰੋਗਣ ਕਾ ਹੂੰ ਕੁਤ ਪਾਈ ਪੰਚਾਲੀ ਕੋ ਰਾਜ ਸਭਾ ਮੇਂ RAM ਨਾਮ ਸੁਧਾਈ ਜਿਹੜੀ ਪੰਚਾਲੀ ਆਪਾਂ ਦ੍ਰੋਪਤੀ ਨੂੰ ਕਹਿੰਦੇ ਆ ਉਹਦੇ ਕੀ ਕੀਤੀ ਸੀ ਵੀ ਕਹਿੰਦੇ ਵੀ ਦੁਸ਼ਾਸ਼ਨ ਨੇ ਕਮਰੇ ਦੇ ਵਿੱਚ ਫੜ ਕੇ ਕੇਸ ਫੜ ਕੇ ਖਿੱਚ ਕੇ ਲੈ ਕੇ ਗਿਆ ਸੀ ਸਭਾ ਦੇ ਵਿੱਚ ਜਾ ਕੇ ਉਹਦੀ ਸਾੜੀ ਉਤਾਰੀ ਸੀ ਨਾ ਤੇ ਸਾੜੀ ਸੁੜੀ ਉਤਾਰਨ ਵਾਲਾ ਪ੍ਰੋਸੈਸ ਸਾਰਾ ਜਿਹੜਾ ਹੋਇਆ ਉਹਦੇ ਵਿੱਚ ਸ਼ਾਟ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਉਨਾ ਕ੍ਰਿਸ਼ਨ ਭਗਵਾਨ ਨੂੰ ਕਹਿਣ ਲੱਗੀ ਵੀ ਵੀ ਮਹਾਰਾਜ ਜਦੋਂ ਮੈਂ ਤੁਹਾਨੂੰ ਕਕਸ਼ ਦੇ ਵਿੱਚ ਬੈਠੀ ਸੀ ਉਦੋਂ ਸੱਦਿਆ ਸੀ ਉਦੋਂ ਨਹੀਂ ਤੁਸੀਂ ਆਏ ਹਾਂ ਜਦੋਂ ਮੈਂ ਉਦੋਂ ਵੀ ਕਰਦੀ ਸੀ ਫਿਰ ਸਭਾ ਦੇ ਵਿੱਚ ਬੈਠੇ ਸੀਗੇ ਉਦੋਂ ਆ ਬੁਲਾਇਆ ਸੀ ਤੁਸੀਂ ਉਦੋਂ ਕਿਉਂ ਨਹੀਂ ਆਏ ਤੇ ਉਹ ਭਗਵਾਨ ਕਹਿਣ ਲੱਗੇ ਵੀ ਉਦੋਂ ਤੈਨੂੰ ਆਏ ਸੀ ਉਹ ਸ਼ਾਇਦ ਮੈਨੂੰ ਮੇਰੇ ਪਤੀ ਬਚਾ ਲੈਣਗੇ ਜਦੋਂ ਕਕਸ਼ ਦੇ ਵਿੱਚ ਖਿੱਚ ਕੇ ਲੈ ਕੇ ਗਏ ਉਹਨਾਂ ਦਾ ਵੀ ਬਲ ਛੁੱਟ ਗਿਆ ਫਿਰ ਉਦੋਂ ਬਾਅਦ ਤੈਨੂੰ ਆਏ ਸੀ ਕਿ ਸ਼ਾਇਦ ਉਹ ਸੈਣੇ ਪੁਰਸ਼ ਦਰਯੋਤ ਜਿਹੜੇ ਦਰੋਣਾਚਾਰੀ ਜੀ ਜਾਂ ਵਿਦੁਰ ਜੀ ਜਾਂ ਪਿਸ਼ਮਪਤਾਮਾ ਜੀ ਬੈਠੇ ਨੇ ਉਹ ਬਚਾ ਲੈਣਗੇ ਉਹਨਾਂ ਦੀ ਵੀ ਉਹਨਾਂ ਦੀਆਂ ਵੀ ਨੀਮੀਆਂ ਪੈ ਗਈਆਂ ਉਦੋਂ ਬਾਅਦ ਕੀ ਹੋਇਆ ਕਹਿੰਦੇ ਵੀ ਤੂੰ ਸੋਚਿਆ ਵੀ ਸ਼ਾਇਦ ਮੈਂ ਆਪਦੇ ਦੰਦਾ ਨਾਲ ਫੜ ਕੇ ਸਾੜੀ ਨੂੰ ਆਪਦੀ ਨੂੰ ਤਾਂ ਆਪਦੀ ਇੱਜ਼ਤ ਬਚਾ ਲੂੰਗੀ ਤੂੰ ਆਪਦੇ ਦੰਦਾ ਨਾਲ ਖਿੱਚ ਫੜੀ ਤੇ ਦੁਸ਼ਾਸ਼ਣ ਨੇ ਖਿੱਚ ਕੇ ਉਹ ਵੀ ਕੱਢਤੀ ਫਿਰ ਤੇਰੀ ਸਾਰੀ ਤਾਕਤ ਖਤਮ ਹੋ ਗਈ ਤੇਰੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ ਤੂੰ ਹੱਥ ਜੋੜ ਲੈ ਵੀ ਪਰਮਾਤਮਾ ਹੁਣ ਤੇਰੇ ਤੋਂ ਬਿਨਾ ਕੋਈ ਨਿਸਹਾਈ ਹੋਣਾ ਉਦੋਂ ਫਿਰ ਆ ਕੇ ਮਾਰ ਦੇ ਨਿੱਜਤ ਬਚਾਈ ਸੀ ਹੈਨਾ ਉਹ ਜਦੋਂ ਅਸੀਂ ਸਾਡੀਆਂ ਸਾਰੀਆਂ ਸ਼ਕਤੀਆਂ ਤਾਕਤਾਂ ਮੁਕਾ ਦਿੰਨੇ ਆ ਉਦੋਂ ਪਰਮਾਤਮਾ ਕਿਰਪਾ ਕਰਨੀ ਸ਼ੁਰੂ ਕਰਦਾ ਜੀ ਸੋ ਤੁਸੀਂ ਧਰਮ ਦੀ ਗੱਲ ਕਰ ਰਹੇ ਹੋ ਹੈਨਾ ਤੇ ਆਪਾਂ ਪਹਿਲਾਂ ਵੀ ਜਿਵੇਂ ਗੱਲ ਕਰ ਰਹੇ ਸੀ ਧਰਮ ਜਿਹੜਾ ਇੱਕ ਹੋ ਜਾਣਾ ਹੈ ਹਾਂਜੀ ਹੁਣ ਜਿਵੇਂ ਅਲੱਗ ਅਲੱਗ ਲੱਗ ਸਾਰੇ ਬਣਾਏ ਹੋਏ ਹੈ ਨਾ ਉਸ ਚੀਜ਼ ਤੇ ਮੈਂ ਚਾਹੁੰਦੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਦੇਖੋ ਮਾਰੇ ਕਹਿੰਦੇ ਨੇ ਖਵਾਰ ਹੋਏ ਸਭ ਮਿਲਣਗੇ ਖਵਾਰੀ ਪਹਿਲਾਂ ਜ਼ਰੂਰੀ ਹੈ ਜਦੋਂ ਤੱਕ ਕੱਪੜਾ 파ਟਦਾ ਨਹੀਂ ਨਾ ਉਦੋਂ ਤੱਕ ਉਹ ਪਾਉਣ ਜੋਗਾ ਨਹੀਂ ਬਣਦਾ ਹਾਂਜੀ ਪਹਿਲਾਂ ਕੈਂਚੀ ਨਾਲ ਨਾ ਜਿਹੜਾ ਟੁੱਟ ਟੁੱਟੇ ਕਰ ਦਿੰਦਾ ਦਰਜੀ ਉਹਨੂੰ ਜਦੋਂ ਤੱਕ ਹਜੇ ਸਮਾਜ ਖਿਲਰਨਾ ਸ਼ੁਰੂ ਹੋਇਆ ਵੇ ਸੋਨੇ ਕੀ ਸੂਈ ਰੂਪੇ ਦਾ ਧਾਗਾ ਮਾਰੇ ਕਹਿੰਦੇ ਜਦੋਂ ਪ੍ਰਮਾਤਮਾ ਨੇ ਸੀਣਾ ਸ਼ੁਰੂ ਕਰਨਾ ਨਾ ਇਹਨੂੰ ਫਿਰ ਇੱਕ ਇੱਕ ਕੋ ਸੂਤ ਪਰੋਏ ਬਣੀਏ ਇੱਕ ਸੂਤ ਦੇ ਵਿੱਚ ਮਣੋ ਬਣ ਕੇ ਪਰੋ ਦੇਣੇ ਆ ਉਹਨੇ ਦੇਖੋ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਵਿੱਚ ਆ ਆਪਾ ਪ੍ਰਕਾਸ਼ ਪੁਰ ਮਨਾਉਂਦੇ ਆ ਜਾਂ ਹੋਰ ਜਦੋਂ ਮਹਾਰਾਜ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਮਰ ਸਜਿਕ ਸ਼ਿਕਾਇਆ ਅਮਰ ਸ਼ਿਕਾਉਣ ਵੇਲੇ ਗੁਰੂ ਸਾਹਿਬ ਗੁੜ ਨਾਲ ਵੀ ਮਿੱਠਾ ਕਰ ਸਕਦੇ ਸੀ ਪਾਣੀ ਨੂੰ ਸ਼ੱਕਰ ਨਾਲ ਵੀ ਤੇ ਖੰਡ ਨਾਲ ਵੀ ਹੋ ਸਕਦਾ ਸੀ ਸ਼ਾਇਦ ਵੀ ਹੁੰਦਾ ਸੀ ਉਦੋਂ ਸ਼ਾਇਦ ਨਾਲ ਵੀ ਮਿੱਠਾ ਹੋ ਸਕਦਾ ਸੀ ਮਾਰੇ ਨੇ ਪਤਾਸੇ ਹੀ ਕਿਉਂ ਵਰਤੇ ਪਤਾਸੇ ਵਰਤਣ ਦਾ ਕਾਰਨ ਇਹ ਹੈ ਵੀ ਕੋਈ ਪਤਾਸਾ ਵੱਡਾ ਹੁੰਦਾ ਹੈ ਕੋਈ ਛੋਟਾ ਹੁੰਦਾ ਹੈ ਕੋਈ ਪਤਲਾ ਕੋਈ ਮੋਟਾ ਕੋਈ ਕਿਮੇ ਦਾ ਕੋਈ ਕਿਮੇ ਦਾ ਜਦੋਂ ਪਤਾਸਿਆਂ ਨੂੰ ਪਾਣੀ ਦੇ ਵਿੱਚ ਪਾ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਜਾਂਦਾ ਤੇ ਖੰਡਾ ਹਲਾਇਆ ਜਾਂਦਾ ਉਹ ਸਾਰੇ ਦੇ ਸਾਰੇ ਪਤਾਸੇ ਇੱਕ ਮਿਕ ਹੋ ਜਾਂਦੇ ਆ ਤੇ ਇਹ ਹੁਣ ਇਹ ਕ ਇਹ ਸਮਦਰਸ਼ਟੀ ਵਾਲੀ ਗੱਲ ਐ ਵੀ ਜਿੱਦਨ ਅਮਰਤ ਛੱਕੇ ਜਿਹੜੇ ਚਲੋ ਹੁਣ ਜਿਹੜੇ ਅਮਰਤ ਛੱਕੇ ਜਾਤ ਪਾਤ ਕਰਦੇ ਨੇ ਉਹਨਾਂ ਪਰਗਤਨ ਮੈਂ ਕਿਰਤ ਕਰਨ ਕਿਸੇ ਨੂੰ ਨਹੀਂ ਕਹਿੰਦਾ ਉਹ ਬਹੁਤ ਜ਼ਿਆਦਾ ਕਿਰਤ ਕਰਨੀ ਲੋਕ ਨੇ ਜਿੱਦਨ ਅਸੀਂ ਅਮਰਤ ਛੱਕ ਲੈਂਦੇ ਨਾ ਸਾਡੇ ਵਿੱਚ ਸਭ ਕੁਝ ਖਤਮ ਹੋ ਜਾਂਦਾ ਇੱਕ ਬਣ ਜਾਣਾ ਚਾਹੀਦਾ ਸਾਂ ਉਹ ਅਮਰਤਾਰੀ ਅਗਰ ਅਸਲੀ ਅਮਰਤਾਰੀ ਉਹ ਹੋਣੇ ਹੁਣ ਉਹ ਮਹਾਰਜ ਦੇ ਪਤਾਸੇ ਤਾਂ ਵਰਤੇ ਆ ਵੀ ਇੱਕ ਦਿਨ ਇਦਾਂ ਦਾ ਸਮਾਂ ਆਉਣਾ ਹੈ ਵੀ ਸਾਰੇ ਦੇ ਸਾਰੇ ਇੱਕਮਿਕ ਹੋ ਜਾਣਗੇ ਕਿਉਂਕਿ ਪ੍ਰੇਮ ਹੈ ਨਾ ਬਾਣੀ ਪ੍ਰੇਮ ਹੈ ਜਿਸ ਦਿਨ ਬਾਣੀ ਪ੍ਰੇਮ ਦੇ ਨਾਲ ਜੁੜਗੇ ਬਾਣੀ ਦੇ ਨਾਲ ਲੋਕ ਜੁੜਗੇ ਸੰਗਤ ਜੁੜਗੀ ਸਾਰਾ ਸਮਾਜ ਇੱਕ ਹੋ ਜਾਊਗਾ ਭਾਵੇਂ ਉਹ ਮੋਨਾ ਭਾਵੇਂ ਉਹ ਸਿੱਖ ਹੈ ਭਾਵੇਂ ਕੋਸ਼ ਹੈ ਜਿਨੇ ਬਾਣੀ ਪੜੀ ਹੋਈ ਵੀ ਬਗਾਨਾ ਕੋਈ ਵੀ ਨਹੀਂ ਤੂੰ ਕੀ ਕਹੂਗਾ ਵੀ ਮੇਰੇ ਸਾਰੇ ਆਪਦੇ ਨੇ ਜਿਵੇਂ ਗੁਰਨਾਨਕ ਸਾਹਿਬ ਸਾਰਿਆਂ ਨੂੰ ਬੁੱਕਲ ਦੇ ਵਿੱਚ ਲੈਂਦੇ ਸੀ ਆਪਾਂ ਵੀ ਸਾਰਿਆਂ ਨੂੰ ਬੁੱਕਲ ਦੇ ਵਿੱਚ ਲੈ ਕੇ ਚੱਲਾਂਗੇ ਸਮਾਜ ਇੱਕੋ ਜਿਹਾ ਹੋ ਜਾਊਗਾ ਉਮਾਰਨ ਕਰਨਗੇ ਕੁਦਰਤੀ ਕਰਨਗੇ ਕਿਉਂਕਿ ਇਹ ਵੰਡਵਾਦ ਪੱਖਵਾਦ ਇਹ ਸਾਡੀਆਂ ਬਣਾਈਆਂ ਹੋਈਆਂ ਨੇ ਗੁਰੂ ਦੀਆਂ ਨਹੀਂ ਪਰਮਾਤਮਾ ਦੀਆਂ ਨਹੀਂ ਪਰਮਾਤਮਾ ਇਹਨਾਂ ਚੀਜ਼ਾਂ ਨੂੰ ਇੱਕ ਇੱਕ ਦਿਨ ਖوار ਹੋਏ ਸਭ ਮਿਲਣਗੇ ਬੱਚੇ ਸ਼ਰਨ ਉਹ ਜੋ ਹੋਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾ ਰਹਿਬਰ ਆ ਉਹਦੇ ਵਿੱਚ ਇੱਕ Hindu ਦੀ ਬਾਣੀ ਵੀ ਹੈ ਪਰਮਾਨੰਦ ਜੀ ਦੀ ਸੰਮੀ ਪ੍ਰਮਾਨੰਦ ਜੀ ਦੀ ਇੱਕ ਮੁਸਲਮਾਨ ਦੀ ਬਾਣੀ ਹੈ ਬਾਬਾ ਫਰੀਦ ਜੀ ਦੀ ਇੱਕ ਕਹਿ ਦੀ ਜੀ ਐਸੀ ਕਾਟਾਗਰੀ ਦਾ ਕਹਿਦੀ ਹੈ ਵੀ ਜਿਹਨੂੰ ਖਲਾਸ ਚ ਮਾਰਾ ਰਵਿਦਾਸ ਮਹਾਰਜ ਰਵਿਦਾਸ ਮਹਾਰਜ ਦੀ ਬਾਣੀ ਹੈ ਜਲਾਹਾਂ ਦੀ ਵੀ ਬਾਣੀ ਹੈ ਹਰੇਕ ਧਰਮ ਹਰੇਕ ਮਜ਼ਬ ਦੇ ਬੰਦੇ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਫਿਰ ਉਹ ਸਾਰੇ ਧਰਮ ਮਜ਼ਬ ਇੱਕ ਦਿਨ ਕਹਿਣਗੇ ਵੀ ਯਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਹਰੇਕ ਤਰ੍ਹਾਂ ਦਾ ਗਿਆਨ ਆ ਸੀ ਇੱਥੇ ਸਜਦਾ ਕਰੀਏ ਬਿਲਕੁਲ ਕਿਉਂਕਿ ਬਾਕੀ ਲੋਕ ਭਰਮਾਂ ਦੇ ਵਿੱਚ ਪਾਉਂਦੇ ਨੇ ਕੋ ਟੂਣਿਆਂ ਦੇ ਵਿੱਚ ਕੋ ਟਪਟਿਆਂ ਦੇ ਵਿੱਚ ਕੋ ਕਾਸੇ ਦੇ ਵਿੱਚ ਕੋ ਕਾਸੇ ਭਰਮਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਇੱਕ ਹੈ ਜਿਹੜੀ ਕਹਿੰਦੀ ਹੈ ਵੀ ਭਾਈ ਇੱਕੋ ਪੁੱਜੋ ਬਸ ਇੱਕ ਨੂੰ ਪੁੱਜੋ ਤੇ ਬੁਰਾਈ ਆਪ ਦੇ ਅੰਦਰੋਂ ਖਤਮ ਕਰੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ ਫਿਰ ਉਹ ਸਾਰੇ ਜਣੇ ਇੱਕ ਦਿਨ ਇਹ ਸਮਾਂ ਆਊਗਾ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਇੱਕਮਿਕ ਹੋ ਕੇ ਰਹਿਣਗੇ ਜੀ ਤੁਸੀਂ ਕਹਿੰਦੇ ਵੀ ਬੁਰਾਣੀ ਬੁਰਾਈ ਆਪਣੇ ਆਪ ਅੰਦਰੋਂ ਖਤਮ ਕਰਨਾ 네ਗੇਟਿਵਿਟੀ ਜਿਹੜੀ ਬਿਲਕੁਲ ਸਾਈਡ ਤੇ ਕਰਨੀ ਚਾਹੀਦੀ ਹੈ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਜਿਵੇਂ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਹੀ ਹਾਂ ਤਾਂ ਮੈਨੂੰ ਖੁਦ ਨੂੰ ਬਹੁਤ ਪੋਜ਼ਿਟਿਵ ਵਾਈਬਸ ਆ ਰਹੀਆਂ ਹੈ ਹੈਨਾ ਤੇ ਬਹੁਤ ਚੰਗਾ ਲੱਗ ਰਿਹਾ ਸੋ ਆਪਾਂ ਜੇ ਮੋੜ ਤੁਹਾਡੇ ਆਸ਼ਰਮ ਦੀ ਗੱਲ ਕਰੀਏ ਤਾਂ ਆਸ਼ਰਮ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਸ਼ਰਨ ਦਿਨੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਾਰੇ ਲੋਕ ਇੱਥੇ ਆਉਂਦੇ ਆ ਹਨ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਮਤਲਬ ਕਿਹੜੀਆਂ-ਕਿਹੜੀਆਂ ਸਹੂਲਤਾਂ ਤੁਸੀਂ ਦਿੰਦੇ ਹੋ ਦੇਖੋ ਇੱਕ ਤਾਂ ਸਾਡੇ ਕੋਲੋਂ ਜਿਵੇਂ ਕੋਈ ਸੜਕਾਂ ਤੇ ਪਏ ਨੇ ਹਨ ਜਿਨ੍ਹਾਂ ਦਾ ਕੋਈ ਹੁੰਦਾ ਨਹੀਂ ਉਹ ਤਕਰੀਬਨ ਉਦਾਂ ਦੇ ਸੈੱਲ ਬਣ ਜਾਂਦੇ ਨੇ ਹਨ ਨੈਟਵਰਕ ਬਣ ਜਾਂਦੇ ਆ ਫੋਨ ਕਰ ਦਿੰਦੇ ਨੇ ਵੀ ਭਾਈ ਇੱਥੇ ਇਦਾਂ ਦਾ ਪਿਆ ਤਕਰੀਬਨ ਜ਼ਿਆਦਾਤਰ ਉਹ ਹੁੰਦੇ ਨੇ ਜਿਹੜੇ ਸਮਾਜ ਦੇ ੱੱਕੇ ਹੋਏ ਨੇ ਆਪ ਜੀ ਨੇ ਛੋਟੇ ਛੋਟੇ ਬੱਚੇ ਦੇਖਿਆ ਹਾਂ ਜੀ ਦੇਖੋ ਇਹਨਾਂ ਦੀਆਂ ਰਿਸ਼ਤੇਦਾਰ ਸਾਰੇ ਸਾਖ ਸਬੰਧੀ ਸਾਰੇ ਨੇ ਪਰ ਕੋਈ ਸਾਂਭਣ ਵਾਲਾ ਨਹੀਂ ਇਹਨਾਂ ਨੂੰ ਭੀਖ ਮੰਗਣ ਭੇਜ ਦਿੰਦੇ ਸੀ ਵੀ ਪਿੰਡ ਦੇ ਵਿੱਚ ਮੰਗ ਕੇ ਆਓ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਨੂੰ ਇਹ ਸੇਵਾ ਲਈ ਹੋਈ ਹੈ ਮੈਂ ਹੁਣ ਆਪਦੇ ਬੱਚਿਆਂ ਨੂੰ ਰੱਖਦਾ ਇੱਥੇ ਰਹਿੰਦੇ ਨੇ ਮੇਰੇ ਆਪਦੇ ਬੱਚੀ ਨੇ ਆਪਦੇ ਬੱਚਿਆਂ ਨੂੰ ਹੀ ਰੱਖਣਾ ਮੇਰੇ ਆਪਦੇ ਬੱਚੇ ਨੇ ਤੇ ਜਿਹੜੇ ਬਜ਼ੁਰਗ ਨੇ ਇੱਥੇ ਸਾਰੇ ਕੋਸੀ ਸਾਰੇ ਪਰਿਵਾਰ ਵਾਂਗੂ ਰਹਿੰਦੇ ਆ ਜਿਹੜੇ ਬਹੁਤ ਸਾਰੇ ਬੰਦੇ ਤਾਂ ਇਹ ਜਿਹਨੇ ਜਿਹੜੇ ਮਾਨਸਿਕ ਰੋਗੀ ਸੀ ਉਹਨਾਂ ਨੂੰ ਦਵਾਈ ਦੂਈ ਦਵਾ ਕੇ ਬੰਸਲ ਹਸਪੀਟਲ ਧਨੋਲਾ ਜਾਂ ਇੱਥੇ ਵੀ ਸਾਡੇ ਡਾਕਟਰ ਨੇ ਭਗਤਪਾਈ ਕੇ ਵੀ ਉਹਨਾਂ ਤੋਂ ਵੀ ਦਵਾਈ ਦਵਾ ਦਿੰਦੇ ਆ ਉਹ ਫਿਰ ਉਹਨਾਂ ਦਾ ਇਲਾਜ ਕਰਵਾ ਕੇ ਸੀ ਇੱਥੇ ਰੱਖ ਲੈਣੇ ਤੇ ਜਿਨ੍ਹਾਂ ਦਾ ਪਰਿਵਾਰ ਮਿਲ ਜਾਂਦਾ ਜਿਸ ਤਰ੍ਹਾਂ ਕੋਈ ਕਈ ਵਾਰ ਕਰੋ ਰੋਲ ਜਾਂਦੇ ਨੇ ਹਨਾ ਰੋਲਨ ਕਰਕੇ ਮਾਨਸਿਕ ਰੋਗੀ ਹੋ ਜਾਂਦੇ ਨੇ ਪਰਿਵਾਰ ਮਿਲ ਜਾਂਦਾ ਤਾਂ ਉਹਨਾਂ ਨੂੰ ਪਰਿਵਾਰ ਤੱਕ ਪਹੁੰਚਦਾ ਵੀ ਕਰ ਦਿੰਦੇ ਆ ਬਾਕੀ ਤਕਰੀਬਨ ਇਹ ਹੁੰਦਾ ਵੀ 100 ਦੇ ਵਿੱਚੋਂ ਕੋਈ 10 ਬੰਦੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਪਰਿਵਾਰ ਮਿਲਦਾ ਨਹੀਂ ਤਾਂ ਤਕਰੀਬਨ ਨਹੀਂ ਹੁੰਦਾ ਵੀ ਸਾਰੇ ਆਪ ਹੀ ਕੱਢੇ ਹੁੰਦੇ ਨੇ ਜੋ ਕਿੰਨਾ ਕਈ ਜਿਵੇਂ ਮਾਨਸਿਕ ਰੋਗੀ ਹੋ ਜਾਂਦੇ ਨੇ ਉਹ ਆਪ ਹੀ ਭੇਜ ਦਿੰਦੇ ਨੇ ਘਰੋਂ ਭਜਾ ਦਿੰਦੇ ਨੇ ਉਹ ਇਸ ਤਰ੍ਹਾਂ ਕਰਕੇ ਵੀ ਉਹ ਜਿਹੜੇ ਇੱਥੇ ਆ ਜਾਂਦੇ ਨੇ ਫਿਰ ਠੀਕ ਹੋ ਜਾਂਦੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਜਿਹੜੇ ਮਾਨਸਿਕ ਰੋਗੀ ਨੇ ਉਹਨਾਂ ਨੂੰ ਕੀ ਚਾਹੀਦਾ ਹੁੰਦਾ ਥੋੜਾ ਜਿਹਾ ਪਿਆਰ ਤੇ ਚਲੋ ਦਵਾਈ ਲੈ ਲੈਂਦੇ ਨੇ ਥੋੜੀ ਉਹ ਠੀਕ ਹੋ ਜਾਂਦੇ ਨੇ ਮਹੀਨੇ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਠੀਕ ਹੋ ਜਾਂਦੇ ਨੇ ਫਿਰ ਵਧੀਆ ਇੱਥੇ ਸਾਰੇ ਅ ਵਿੱਚ ਥੱਲੇ ਦੇਖੋਗੇ ਤੁਸੀਂ ਜਾ ਕੇ ਜਿੱਥੇ ਪਏ ਪਏ ਨੇ ਮਤਲਬ ਤਕਰੀਬਨ ਇਹਨਾਂ ਦੇ ਵਿੱਚ ਤਿੰਨ ਚਾਰ ਹੋਣਗੇ ਜਿਹੜੇ ਦੂਜੇ ਸੀਗੇ ਆਮ ਜਿਹੜੇ ਘਰੋਂ ਦੁਖੀ ਸੀਗੇ ਜਿਹੜੇ ਭੇਜੇ ਬਾਕੀ ਸਾਰੇ ਮਾਨਸਿਕ ਰੋਗੀ ਸੀਗੇ ਬਿਲਕੁਲ ਸਹੀ ਹੋਏ ਬੈਠੇ ਕਿਹਦੇ ਦਿਨ ਨੇ ਵੀ ਇਹਨਾਂ ਨੂੰ ਵੀ ਇੱਕ ਪਿਆਰ ਦੀ ਭੁੱਖ ਹੀ ਹੁੰਦੀ ਆ ਬਿਲਕੁਲ ਜੀ ਕੋਈ ਵੀ ਚੀਜ਼ ਆ ਨਾ ਜਦੋਂ ਪਿਆਰ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਵਿਸਲਾਵਾਂਗੇ ਨਾ ਤਾਂ ਉਹ ਬਦਲਾਅ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਵਿੱਚ ਮਰਨਾ ਸ਼ੁਰੂ ਹੋ ਜਾਂਦਾ ਹੈ ਉਸ ਚੀਜ਼ ਨੂੰ ਜਦੋਂ ਕਠੋਰਤਾ ਦੇ ਨਾਲ ਸਖਤਪਣੇ ਦੇ ਨਾਲ ਕੋਈ ਵੀ ਚੀਜ਼ ਨਹੀਂ ਨਿਵਦੀ ਹੁੰਦੀ ਗਰਮ ਹੋਇਆ ਜਾਂ ਕਹਿ ਦਈਏ ਵੀ ਜੇ ਸਖਤਾਈ ਵਰਤ ਕੇ ਅਸੀਂ ਕੁਝ ਕਰ ਲਾਂਗੇ ਨਾ ਤਾਂ ਕੁਝ ਨਹੀਂ ਹੋਣਾ ਜਦੋਂ ਅਸੀਂ ਇੱਕ ਤਾਂ ਇਹ ਸਮਾਜ ਦੇ ਦੁਖੀ ਹੁੰਦੇ ਨੇ ਦੇਖੋ ਜਿੰਨੇ ਵੀ ਮਾਨਸਿਕ ਰੋਗੀ ਹੁੰਦੇ ਨਾ ਉਹ ਕਿਸੇ ਸਮਾਜ ਦੀ ਕੋਈ ਗੱਲ ਜਾਂ ਕੋਈ ਘਰੋ ਘਰੇਲੂ ਕੋਈ ਗੱਲ ਇਦਾਂ ਦੀ ਹੋ ਜਾਂਦੀ ਹੈ ਜੀ ਤੇ ਮਨ ਦੇ ਉੱਤੇ ਬੋਝ ਬਣ ਜਾਂਦਾ ਹੈ ਇੱਕ ਤਾਂ ਬੋਝ ਦੇ ਮਾਰੇ ਹੁੰਦੇ ਨੇ ਉੱਤੋਂ ਅਸੀਂ ਸਮਾਜ ਦੇ ਲੋਕ ਨੇ ਜਿਹੜੇ ਪਾਗਲ ਐਨੂੰ ਨੂੰ ਭੁਜਾ ਦਿੰਦੇ ਆ ਕੋਈ ਐ ਕਰ ਦਿੰਦੇ ਕੋ ਉਹ ਕਰ ਦਿੰਦੇ ਉਹ ਹੋਰ ਦੁਖੀ ਹੋ ਜਾਂਦੇ ਨੇ ਹੋਰ ਰੋਗੀ ਹੋ ਜਾਂਦੇ ਨੇ ਹੁਣ ਅਸੀਂ ਜਿਨ੍ਹਾਂ ਨੂੰ ਲੈ ਕੇ ਆਉਂਦੇ ਆ ਇੱਥੇ ਚੱਕ ਕੇ ਉਹ ਕੀ ਹੁੰਦਾ ਵੀ ਇੱਕ ਤਾਂ ਅਸੀਂ ਚੱਕ ਕੇ ਇਥੇ ਆਉਣ ਸਰ ਉਹਨੂੰ ਨਿਵਾਉਨੇ ਆ ਨਿਵਾਉਨੇ ਨਿਵਾਨੇ ਤੇ ਨਾਉ ਨਾ ਕੱਟਦੇ ਜਦੋਂ ਸਾਰਾ ਕੁਝ ਅੱਧਾ ਤਾਂ ਉਹ ਉਹਨੂੰ ਹੌਂਸ ਆ ਜਾਂਦੀ ਹੈ ਫਿਰ ਉਹਨੂੰ ਪ੍ਰਸ਼ਾਦਾ ਬਾਣ ਛੱਕ ਕੇ ਉਹਦੇ ਹੋਰ ਮਨ ਨੂੰ ਹੋਰ ਹੌਸਲਾ ਹੋ ਜਾਂਦਾ ਜਦੋਂ ਦਵਾਈ ਸ਼ੁਰੂ ਕਰਦੇ ਆ ਫਿਰ ਉਹਦੀ ਨੀਂਦ ਨੀਂਦ ਵਾਲੀ ਦਵਾਈ ਹੁੰਦੀ ਹੈ ਕਿਉਂਕਿ ਇੰਨੇ ਦਿਨ ਹੋ ਗਏ ਭਟਕਦੇ ਫਿਰਦੇ ਨੀਂਦ ਨੀਂਦ ਪ੍ਰੋਪਰ ਨਹੀਂ ਹੁੰਦੀ ਨੀਂਦ ਵਾਲੀਆਂ ਗੋੜੀਆਂ ਡਾਕਟਰ ਵਿੱਚ ਹੁੰਦਾ ਜਾਂ ਦਿੰਦਾ ਜੋ ਕੁਝ ਵੀ ਦਿੰਦਾ ਉਹਦੀ ਨੀਂਦ ਪੂਰੀ ਹੋਣ ਲੱਗ ਜਾਂਦੀ ਹੈ ਉਹ 5 ਤੋਂ 7 ਦਿਨਾਂ ਦੇ ਵਿੱਚ ਉਹਦੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈਣਾ ਹੋ ਜਾਂਦਾ ਹੈ ਪਹਿਲਾਂ ਔਨਸਰ ਰੋਲਾ ਪਾਉਂਦਾ ਪੂਰਾ ਪਾਉਂਦਾ ਫਿਰ ਉਦੋਂ ਬਾਅਦ 5-7 ਦਿਨਾਂ ਬਾਅਦ ਸ਼ਾਂਤ ਰਹਿਣ ਲੱਗ ਜਾਂਦਾ ਹੈ ਫਿਰ ਉਹ ਹੌਲੀ ਹੌਲੀ ਠੀਕ ਹੋਣ ਲੱਗ ਜਾਂਦਾ ਹੈ ਬਸ ਉਹ ਬਾਕੀ ਜੇ ਕਹੇ ਦੀ ਵੀ ਡਾਕਟਰ ਠੀਕ ਕਰਦੇ ਨੇ ਜਾਂ ਮੈਂ ਠੀਕ ਕਰਦਾ ਇਹ ਨਹੀਂ ਇਹ ਗੁਰੂ ਕਰਦਾ ਗੁਰੂ ਠੀਕ ਕਰਦਾ ਕਿਉਂਕਿ ਉਹ ਉਹ ਦੇ ਬਿਨਾਂ ਕੁਝ ਵੀ ਨਹੀਂ ਬਿਲਕੁਲ ਕਿਰਪਾ ਕਰਨ ਵਾਲਾ ਬਿਲਕੁਲ ਜਿਵੇਂ ਆਪਾਂ ਸਮਾਜ ਦੀ ਗੱਲ ਕਰ ਰਹੇ ਹਾਂ ਹਨਾ ਤੇ ਸਮਾਜ ਦੇ ਵਿੱਚ ਜੇ ਆਪਾਂ ਹੁਣ ਦੇ ਆਪਣੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਹੈ ਨਾ ਤਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਏ ਉਹ ਇੱਕ ਦਲਦਲ ਬਣ ਗਿਆ ਹਨਾ ਨੌਜਵਾਨ ਪੀੜੀ ਆਸਤੇ ਕਈ ਨੌਜਵਾਨ ਪੀੜੀ ਤਾਂ ਅਜੇ ਹੀ ਆ ਵੀ ਜਿਹੜੀ ਗੁਰੂ ਦੇ ਲੜ ਲੱਗ ਰਹੀ ਆ ਹਨਾ ਪਰ ਅੱਜ ਕੱਲ ਜਿਹੜੇ ਕਈ ਤਾਂ ਵਿਦੇਸ਼ਾਂ ਵੱਲ ਜਾ ਰਹੇ ਆ ਕਈ ਗੁਰੂ ਦੇ ਲੜ ਲੱਗ ਰਹੇ ਤੇ ਕਈ ਨਸ਼ਿਆਂ ਵੱਲ ਜਾ ਰਹੇ ਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਗੁਰੂ ਨਾਲ ਜੁੜੇ ਹੋਏ ਆ ਤੁਸੀਂ ਵੀ ਇੱਕ ਯੂਥ ਦੇ ਵਿੱਚ ਹੀ ਆ ਜਾਂਦੇ ਹੋ ਜੀ ਜੀ ਦੇਖੋ ਭਾਣੇ ਜਿਹੜੀ ਸਾਡਾ ਨਸ਼ੇ ਦੇ ਵਿੱਚ ਜਾਣ ਦਾ ਪੰਜਾਬ ਦਾ ਕਾਰਨ ਹੀ ਹੈ ਨਾ ਸਾਡਾ ਮੁੱਢ ਨਹੀਂ ਸਹੀ ਵਜਿਆ ਮੁੱਢ ਸਹੀ ਨਹੀਂ ਵਜਿਆ ਕਾਰਨ ਕੀ ਹੈ ਵੀ ਜੇ ਹੁਣ ਦਾਦਾ ਪੋਤੇ ਮੂਰੇ ਸ਼ਰਾਬ ਪੀਂਦਾ ਹੂੰ ਤਾਂ ਪੋਤਾ ਕੋਈ ਮੈਨੂੰ ਵੱਡਾ ਨਸ਼ਾ ਕਰਨਾ ਹੈ ਨਾ ਪਰ ਗੁਰੂ ਕਹਿੰਦਾ ਵੀ ਜੇ ਤੁਸੀਂ ਭਾਈ ਦੇ ਗੁਰਬਿੰਨ ਗਿਆਨ ਨਾ ਹੋਈ ਮਰਜ ਸ਼ਰਾਬ ਦੇ ਬਾਰੇ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਝੂਠਾ ਮਦ ਮੂਲ ਨਾ ਪੀਜਾ ਜੇਕਰ ਪਾਰ ਬਸਾਵੈ ਕਹਿੰਦੇ ਜਦੋਂ ਤੱਕ ਤੇਰੀ ਪਾਰ ਬਸਾਉਂਦੀ ਹੈ ਨਾ ਸ਼ਰਾਬ ਤਾਂ ਉਦੋਂ ਤੱਕ ਨਾ ਪੀ ਜੇ ਤੇਰੇ ਮਰੇਵੇ ਦੇ ਮੂੰਹ 'ਚ ਕੋਈ ਪਾ ਜਾਵੇ ਫਿਰ ਤਾਂ ਕਹਿਣਾ ਕੀ ਹੈ ਜਦੋਂ ਤੇਰੀ ਤੇਰੀ ਪਾਰ ਬਸਾਉਂਦੀ ਉਹਨੂੰ ਹੱਥ ਨਾ ਲਾਈ ਪਰ ਕੀ ਕੀਤਾ ਜਾਂਦਾ ਹੈ ਵੀ ਸਦੋਂ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਬੱਚੇ ਕੋਈ ਨਸ਼ਾ ਨਾ ਕਰਨ ਅਸੀਂ ਖੁਦ ਕਰੀਏ ਅਸੀਂ ਕੋਈ ਨਾ ਸਾਡਾ ਕਰਦੇ ਸੇ ਚੱਲਦਾਗਾ ਕੁਝ ਵੀ ਚੀਜ਼ ਹੈ ਕਦੇ ਵੀ ਬੰਦਾ ਹੈ ਕਦੇ ਪਹਾੜ ਨਾਲ ਠੁਕਰ ਖਾਂਦਾ ਦੇਖਿਆ ਸਿੱਧਾ ਪਹਾੜ ਨਾਲ ਵੱਜੇ ਮੱਥਾ ਜਾ ਕੇ ਨਹੀਂ ਡਲਿਆਂ ਨਾਲ ਠੁਕਰਾਂ ਖਾਂਦਾ ਨਾ ਡਲਿਆਂ ਨਾਲ ਠੁਕਰਾਂ ਖਾਂਦਾ ਜਿਹੜੀ ਆਪਾਂ ਕਹਿ ਦੀਏ ਛੋਟੇ ਛੋਟੇ ਨਸ਼ੇ ਨੇ ਜਰਦਾ ਬੀੜੀ ਜਾਂ ਹੋਰ ਕੋਈ ਇਹੋ ਜਿਹੇ ਨਸ਼ੇ ਨੇ ਨਾ ਉਹ ਛੋਟੇ ਛੋਟਾ ਤੋਂ ਕੰਮ ਸ਼ੁਰੂ ਹੁੰਦਾ ਹੈ ਜੇ ਪਿਓ ਪੀ ਰਿਹਾ ਤਾਂ ਬੱਚਾ ਉਹਨੂੰ ਦੇਖ ਕੇ ਕਰੂਗਾ ਹੀ ਬਿਲਕੁਲ ਪ੍ਰਭਾਵ ਉਸ ਚੀਜ਼ ਦਾ ਪੈਣਾ ਹੀ ਪੈਣਾ ਜੋ ਸਾਡੇ ਸਮਾਜ ਦੇ ਵਿੱਚ ਵਰਤ ਰਿਹਾ ਮੈਂ ਕਿਸੇ ਸਰਕਾਰ ਦਾ ਕਿਸੇ ਦਾ ਦੋਸ਼ ਨਹੀਂ ਕਹਿਣ ਦਾ ਮਾਪਿਆਂ ਦਾ ਆਪ ਦਾ ਦੋਸ਼ ਕਹਿਣ ਦਾ ਕਿਉਂਕਿ ਜੇ ਅਸੀਂ ਆਪ ਸੁਧਾਰ ਕਰਾਂਗੇ ਭਾਈ ਸਭ ਕੁਝ ਹੋਊਗਾ ਬਿਲਕੁਲ ਬਿਲਕੁਲ ਸਹੀ ਹੋਊਗਾ ਆ ਆਪ ਦੇ ਆਪ ਨੂੰ ਧੋਵਾਂਗੇ ਅਜੇ ਆਪ ਅਸੀਂ ਨਹਾਉਂਦੇ ਨਹੀਂ ਜਵਾਕ ਨੇ ਕਿੱਥੋਂ ਨਹਾਉਣਾ ਭਾਈ ਹਮ ਹੈਨਾ ਜੇ ਆਪਾਂ ਅਮਰਤ ਵੇਲੇ ਉੱਠ ਕੇ ਨਹਾਉਣਾ ਸ਼ੁਰੂ ਕਰਾਂਗੇ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਤਾਂ ਬੱਚੇ ਨੇ ਵੀ ਕੁਦਰਤੀ ਉੱਠਣਾ ਹੀ ਹੈ ਬਿਲਕੁਲ ਹੁਣ ਮੈਂ ਭਾਈ ਇੱਥੇ 3 ਵਜੇ ਸਵੇਰੇ ਉੱਠ ਖੜਦਾ ਉੱਠ ਕੇ ਨਿਤਨੇਮ ਵੀ ਕਰਨਾ ਆਪਦਾ ਜੋ ਵੀ ਚਾਹ ਪਾਣੀ ਬਣਾ ਕੇ ਦੇਣਾ ਆ ਛੋਟੇ ਛੋਟੇ ਬੱਚੇ ਨੇ ਮੇਰੇ ਨਾਲ 5 ਵਜੇ ਉੱਠ ਖੜਦੇ ਨੇ ਅੱਛਾ ਛੋਟੇ ਛੋਟੇ ਬੱਚੇ ਨੇ ਨਾ ਆਪਾਂ ਦੇਖਦੇ ਆ 8 ਵਜੇ 9 ਵਜੇ ਉੱਠਦੇ ਨੇ 5 ਵਜੇ ਉੱਠ ਖੜਦੇ ਨੇ ਜੇ ਮੈਂ ਇੱਥੇ ਆਸ਼ਰਮ ਦੇ ਵਿੱਚ ਉਹ ਤੁਰਤਾ ਹੀ ਝਾੜੂ ਮਾਰ ਕੇ ਆਉਣੀ ਹੁੰਦੀ ਮਗਰ ਝਾੜੂ ਆਪ ਤੇ ਕੀ ਫਿਰਦੇ ਹੁੰਦੇ ਵੀ ਅਸੀਂ ਮਾਰਨੀ ਹੈ ਨਾ ਉਹਨਾਂ ਨੂੰ ਵੀ ਉਦੋਂ ਦਾ ਚਾਹ ਹੁੰਦਾ ਹੈ ਸੇਵਾ ਕਰਨ ਦਾ ਸ਼ਾਮ ਦੇ ਵੇਲੇ ਪ੍ਰਸ਼ਾਦਾ ਵਰਤਾਉਣਾ ਜਦੋਂ ਹਾਂਜੀ ਬਜ਼ੁਰਗ ਬੈਠੇ ਹੁੰਦੇ ਨੇ ਉਹ ਬੱਚੇ ਕਹਿਣਗੇ ਚਾਚੂ ਮੈਂ ਥਾਲੀ ਫੜਾ ਦਾਂ ਮੈਂ ਚਮਚੇ ਫੜਾ ਦਾਂ ਉਹਨਾਂ ਦੇ ਅੰਦਰ ਚਾਹ ਪੈਦਾ ਹੁੰਦਾ ਜੇ ਆਪਾਂ ਹੀ ਨਾ ਕਰਾਂਗੇ ਤਾਂ ਬੱਚੇ ਕਿਵੇਂ ਕਰਨਗੇ ਬਿਲਕੁਲ ਬੱਚਿਆਂ ਨੇ ਪਰ ਇਹ ਹੈ ਵੀ ਜਿਹੜਾ ਕੋਈ ਸਾਡੇ ਸਮਾਜ ਨੂੰ ਚੰਗਾ ਰਸਤਾ ਦਿਖਾਉਣ ਵਾਲਾ ਹੁੰਦਾ ਨਾ ਉਸ ਨੂੰ ਅਸੀਂ ਖਤਮ ਕਰ ਦਿੰਦੇ ਆ ਇਹ ਚੀਜ਼ਾਂ ਹੁੰਦੀਆਂ ਵੀ ਆ ਬਿਲਕੁਲ ਹੁਣ ਸਾਡੇ ਸਮਾਜ ਨੂੰ ਲੋੜ ਹੈ ਗੁਰਬਾਣੀ ਦੀ ਜਦੋਂ ਤੱਕ ਔਸ ਦੀ ਅਸਲੀ ਔਸ ਦੀ ਉਹ ਹੁੰਦੀ ਹੈ ਵੀ ਦੇਖੋ ਇੱਕ ਹੁੰਦਾ ਉੱਠਣਾ ਤੇ ਇੱਕ ਹੁੰਦਾ ਜਾਗਣਾ ਜਾਗਣ ਤੇ ਉੱਠਣ ਦੇ ਵਿੱਚ ਫਰਕ ਹੁੰਦਾ ਹੈ ਉੱਠਦੇ ਆਪਾਂ ਸਾਰੇ ਆ ਬਿਲਕੁਲ ਜਾਗਦਾ ਵਿਰਲਾ ਹੈ ਹਮਮ ਉਡਦਾ ਸਰੀਰ ਹੁੰਦਾ ਜਾਗਦਾ ਮਨ ਹੁੰਦਾ ਤੇ ਬਾਣੀ ਆ ਜਿਹੜੀ ਉਹ ਮਨ ਨੂੰ ਜਗਾਉਂਦੀ ਹੈ ਜਿਹੜੇ ਬੰਦੇ ਮਤਲਬ ਜੋ ਮੈਂ ਨਸ਼ਾ ਕਰਦੇ ਨੇ ਜਾਂ ਚਿੱਟਾ ਜਾਂ ਕੁਛ ਮੈਂ ਤਾਂ ਦੇਖਿਆ ਵੀ ਨਹੀਂ ਅੱਜ ਤਾਈਂ ਹੁੰਦਾ ਕਿਦਾਂ ਦਾ ਸੁਣਿਆ ਸੁਣਿਆ ਵੀ ਚਿੱਟਾ ਹੁੰਦਾ ਇਹ ਕਰਦੇ ਨੇ ਜੇ ਉਹਨਾਂ ਨੂੰ ਬਾਣੀ ਪਾਈ ਪੜਾਈ ਜਾਊਗੀ ਬਾਣੀ ਉਹਨਾਂ ਦੇ ਅੰਦਰ ਘਰ ਕਰੂਗੀ ਬਾਣੀ ਉਹਨਾਂ ਦਾ ਚਾਨਣ ਹੋਊਗਾ ਉਹਨਾਂ ਨੂੰ ਪਤਾ ਲੱਗੂਗਾ ਹਨਾ ਵੀ ਅਸੀਂ ਇਹ ਚੀਜ਼ਾਂ ਮਾੜੀਆਂ ਨੇ ਸਾਡੇ ਵਾਸਤੇ ਤੇ ਫਿਰ ਅਸੀਂ ਕਿੱਦਾਂ ਮਤਲਬ ਬੱਚੇ ਉਧਰ ਜਾਣਗੇ ਜਮਾ ਨਹੀਂ ਜਾਣਗੇ ਬਿਲਕੁਲ ਨਹੀਂ ਜਾਣਗੇ ਉਹਨਾਂ ਨੂੰ ਅੰਦਰ ਚਾਨਣ ਹੋਊਗਾ ਉਹ ਇਸ ਚੀਜ਼ ਤੋਂ ਦੂਰ ਹੋਣਗੇ ਆਪਣੇ ਆਪ ਆਪਣੇ ਆਪ ਦੂਰ ਹੋਣਗੇ ਜਦੋਂ ਤੱਕ ਅਸੀਂ ਕੋਸ਼ਿਸ਼ ਕਰ ਲਈਏ ਜ਼ੋਰ ਲਾ ਲਈਏ ਬੱਚੇ ਨੂੰ ਧੱਕੇ ਨਾਲ ਨਸ਼ੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਲਈਏ ਉਹ ਹੋ ਹੀ ਨਹੀਂ ਸਕਦਾ ਦੂਰ ਚਲੋ ਮੰਨ ਲਓ ਵੀ ਉਹ ਚਿੱਟਾ ਬੰਦ ਕਰਾਤਾ ਆ ਸੁੱਖਾ ਦਾ ਘਰ ਥਾਂ ਥਾਂ ਉਗਦਾ ਭਾਈ ਉਹ ਪਟ ਪਟ ਕੇ ਪੀ ਜਾਣਗੇ ਹਾਂ ਗੱਲ ਤਾਂ ਉਹਨਾਂ ਦਾ ਮਨ ਦੂਰ ਕਰਨਾ ਜੇ ਉਹਨਾਂ ਦਾ ਮਨ ਤਾਂ ਹੀ ਦੂਰ ਹੋਊਗਾ ਜੇ ਉਹਨਾਂ ਦਾ ਮਨ ਆਪ ਦਾ ਮਨ 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 ਜੀਤੈ ਜਗ ਜੀਤ ਮਨ ਹੁਦੂ ਜਿੱਤ ਸਕਦੇ ਆ ਜਦੋਂ ਗੁਰੂ ਨਾਲ ਭਾਈ ਦੇ ਗੁਰਬਿੰਨ ਗਿਆਨ ਨਾ ਹੋਵੇ ਜਦੋਂ ਗੁਰੂ ਨਾਲ ਸਮੇਲ ਹੋਊਗਾ ਮਹਾਰਾਜ ਨੇ ਤਨ ਵੀ ਅੱਛਾ ਕਰਨਾ ਤੇ ਮਨ ਵੀ ਅੱਛਾ ਕਰਨਾ ਮਨ ਵੀ ਸਾਫ਼ ਕਰਨਾ ਤੇ ਤਨ ਵੀ ਸਾਫ਼ ਕਰਨਾ ਦੋਨੇ ਚੀਜ਼ੇ ਬਿਲਕੁਲ ਤੇ ਗੁਰੂ ਸਾਹਿਬ ਦੀ ਬਾਣੀ ਹੀ ਕਿਰਪਾ ਕਰ ਸਕਦੀ ਹੈ ਹੋਰ ਕੋਈ ਚੀਜ਼ ਨਹੀਂ ਹੁਣ ਸਾਡੇ ਕੋਲੇ ਘੱਟੋ ਘੱਟ 10 ਬੰਦੇ ਹੋਣਗੇ ਜਿਨ੍ਹਾਂ ਨੇ ਜਿਹੜੇ ਚਿੱਟਾ ਪੀਂਦੇ ਸੀ ਤੇ ਅਸੀਂ ਅਮਰ ਸਿਖਾਂ ਕੇ ਲਏ ਉਹਨਾਂ ਨੂੰ ਸਿਰਫ ਉਹਨਾਂ ਦੇ ਨਾਲ ਸੰਗਤ ਕਰਕੇ ਪਿਆਰ ਕਰਕੇ ਬਸ ਹੂੰ 10 ਬੰਦਿਆਂ ਨੂੰ ਜਿਹੜਾ ਨੂੰ ਚਿੱਟਾ ਪੀਣ ਵਾਲਿਆਂ ਨੂੰ ਉਮਰ ਸ਼ਿਕਾਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬਿਲਕੁਲ ਹਾਂਜੀ ਸੋ ਗੁਰੂ ਦੀ ਕਿਰਪਾ ਤਾਂ ਹੋ ਹੀ ਰਹੀ ਹੈ ਹਨਾ ਸੋ ਤੁਸੀਂ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਭਾਈ ਬੇਨਤੀ ਇਹੀ ਕਰਨਾ ਚਾਹਾਂਗਾ ਸਾਰੀ ਸੰਗਤ ਨੂੰ ਵੀ ਦੇਖੋ ਵੱਧ ਤੋਂ ਜਿੰਨਾ ਵੱਧ ਹੋ ਸਕਦਾ ਬਾਣੀ ਪੜਿਆ ਕਰੋ ਗੁਰੂ ਵਾਲੇ ਬਣੋ ਪਾਣੀ ਬਾਣੇ ਨਾਲ ਜੁੜੋ ਕਿਉਂਕਿ ਜਦੋਂ ਤੱਕ ਅਸੀਂ ਸਾਡਾ ਮੂਲ ਨਹੀਂ ਪਛਾਣਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਤੱਕ ਮੂਲ ਨਹੀਂ ਪਛਾਣਦੇ ਆਪਦੇ ਮੂਲ ਨਾਲ ਨਹੀਂ ਜੁੜਦੇ ਬਾਕੀ ਧਰਮ ਦੇਖੋ ਮੈਂ ਹਰੇਕ ਧਰਮ ਦਾ ਸਤਿਕਾਰ ਕਰਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਆਪਦੇ ਗੁਰੂ ਨੂੰ ਛੱਡ ਕੇ ਕਿਸੇ ਦੇ ਲੜ ਨਾਲ ਲੱਗੋ ਕਿਸੇ ਦੇ ਲੜ ਨਾਲ ਲੱਗੋ ਹੁਣ ਮੈਨੂੰ ਵੀ ਕਹਿ ਦੇਣਗੇ ਭਾਈ ਤੂੰ Hindu ਸੀ ਤੂੰ ਕਿਵੇਂ ਸਿੱਖ ਬਣ ਗਿਆ ਨਹੀਂ ਮੈਂ ਜਨਮ ਤੋਂ ਹੀ ਸਿੱਖ ਸੀ ਸਿੱਖਣ ਵਾਲੇ ਨੂੰ ਸਿੱਖ ਕਹਿੰਦੇ ਨੇ ਜਿਹੜਾ ਕੋਈ ਸਿੱਖਦਾ ਹੈ ਮੈਂ ਜਨਮ ਆਪਾਂ ਸਾਰੇ ਦੇ ਸਾਰੇ ਸਿੱਖਾਂ ਕੁੱਲ ਦੂ ਸਾਰੀ ਦੁਨੀਆ ਹੀ ਸਿੱਖ ਹੈ ਉਹ ਗੱਲ ਵੱਖਰਾ ਵਿਸ਼ਾ ਹੈ ਪਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਲੜਨ ਨਾਲ ਲੱਗੋ ਕਾਰਨ ਕੀ ਹੈ ਜੇ ਤੁਸੀਂ ਹੋਰ ਦੇ ਲੜ ਲੱਗੋਗੇ ਤਾਂ ਤੁਸੀਂ ਖਵਾਰ ਹੋਵੋਗੇ ਖਵਾਰ ਹੋਣ ਨਾਲੋਂ ਚੰਗਾ ਵੀ ਗੁਰੂ ਦੇ ਲੜ ਲੱਗੋ ਕਿਉਂਕਿ ਦੇਖੋ ਕਿਸੇ ਨੇ ਕੀ ਕੀਤਾ ਆ ਆਪਾਂ ਕੀ ਕਰ ਦਵਾਵਾਂਗੇ ਪੈਸੇ দান ਕਰ ਦਵਾਵਾਂਗੇ ਧਨ ਦੌਲਤ ਘਰਬਾਰ দান ਕਰ ਦਵਾਵਾਂਗੇ ਪਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਵਾਸਤੇ ਕੱਲਾ ਗੁਰੂ ਗੋਬਿੰਦ ਸਿੰਘ ਹੈ ਜਿਨ੍ਹਾਂ ਨੇ ਆਪਦੇ ਪੁੱਤ ਦਾਨ ਕੀਤੇ ਨੇ ਬਿਲਕੁਲ ਸਾਡੇ ਤੋਂ ਆਪਦੇ ਬੱਚੇ ਦੇ ਕੰਡਾ ਵੱਜਿਆ ਨਹੀਂ ਜਰਿਆ ਜਾਂਦਾ ਤੇ ਮਹਾਰ ਸੱਚੇ ਪਾਸ਼ਾ ਗੜੀ ਦੇ ਵਿੱਚ ਖੜੇ ਜਦੋਂ ਬਾਬਾ ਜੀ ਸਿੰਘ ਦੇ ਫਾਲਾ ਨੰਗੇ ਆ ਨਾ ਸਾਤੀ ਦੇ ਵਿੱਚ ਦੀ ਤੇ ਗੁਰੂ ਸਾਹਿਬ ਗੜੀ ਦੇ ਵਿੱਚ ਕਈ ਖੜੇ ਅਰਦਾਸ ਕਰਦੇ ਸੀ ਵੀ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਉਹ ਕਿਹੜੇ ਪਰਿਵਾਰ ਦੀ ਗੱਲ ਕਰਦੇ ਸੀ ਆ ਸਾਡੀ ਸਾਰੇ ਪਰਿਵਾਰ ਦੀ ਗੱਲ ਕਰਦੇ ਸੀ ਇਹ ਸੁਖੀ ਵਸਦੇ ਰਹਿਣ ਕਹਿੰਦੇ ਮੈਂ ਉੱਜੜ ਜਾਵਾਂ ਮੇਰਾ ਪੰਥ ਵਸਦਾ ਰਵੇ ਐਸਾ ਗੁਰੂ ਕਿਸੇ ਕਰਮ ਵਾਲੇ ਨੂੰ ਮਿਲਦਾ ਹੈ ਭਾਈ ਕਿਸੇ ਕਰਮ ਵਾਲੇ ਨੂੰ ਪੱਕਾ ਗੁਰੂ ਜਿਵੇਂ ਹੁਣ ਕੋਈ ਡੇਰਿਆਂ ਤੇ ਜਾਂਦੇ ਨੇ ਜਾਂ ਹੋਰ ਜਾਂਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਮੈਂ ਉਹਨਾਂ ਤੇ ਤਰਸ ਕਰਦਾ ਮੈਂ ਘਿਰਨਾ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਕਰਮਾਂ ਦੇ ਵਿੱਚ ਪੱਕਾ ਗੁਰੂ ਨਹੀਂ ਪੱਕਾ ਗੁਰੂ ਕਿਸੇ ਕਰਮ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਕਿਸੇ ਕਰਮ ਵਾਲਿਆਂ ਨੂੰ ਨਹੀਂ ਮਿਲੂਗਾ ਭਾਈ ਜਿਹਦੇ ਜਿਹਦੇ ਕੋਲੇ ਹਰੇਕ ਤਰ੍ਹਾਂ ਦੇ ਜਿਹਨੇ ਆਪ ਬਾਰ ਕੇ ਸਾਨੂੰ ਵਸਾਇਆ ਜਿਨ੍ਹੇ ਆਉਦੇ ਪੁੱਤ ਬਾਰ ਕੇ ਸਾਨੂੰ ਪੁੱਤ ਬਣਾਇਆ ਇਹੋ ਜਿਹਾ ਗੁਰੂ ਜਗਤ ਦੇ ਵਿੱਚ ਕੋਈ ਹੋਊਗਾ ਤੇ ਉਹ ਗੁਰੂ ਕਿਸੇ ਕਰਮ ਵਾਲੇ ਨੂੰ ਮਿਲਦਾ ਹੈ ਤੇ ਬੇਨਤੀ ਇਹੀ ਹੈ ਭਾਈ ਬਾਣੀ ਨਾਲ ਜੁੜੋ ਤੇ ਗੁਰੂ ਨਾਲ ਜੁੜੋ ਗੁਰੂ ਵਾਲੇ ਬਣੋ ਇੰਨਾ ਕੋ ਇਸਨੇਹਾ ਮੇਰਾ ਹੈ ਵੀ ਜਿੰਨਾ ਕੋ ਹੋ ਸਕਦਾ ਬੱਚਿਆਂ ਨੂੰ ਬਾਣੀ ਨਾਲ ਜੋੜੂਗੀ ਤਾਂ ਹੀ ਉਹ ਨਸੇ ਦੇ ਬਦਲਦਲ ਤੋਂ ਬਾਹਰ ਨਿਕਲ ਸਕਣੇ ਲਾਈਕ ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ